ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੂਨ 1984 ਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਦੇ ਉੱਪਰ ਭਾਰਤੀ ਫੌਜਾਂ ਦੇ ਵੱਲੋਂ ਕੀਤੇ ਹਮਲੇ ਨੂੰ ਦੇ ਜ਼ਖਮ ਅਜੇ ਵੀ ਅੱਲੇ ਹਨ ਅਤੇ ਇਸ ਜੂਨ 84 ਹਮਲੇ ਦੇ ਬਾਰੇ ਅਸੀਂ ਅੱਜ ਗੱਲ ਕਰਾਂਗੇ ਡਾਕਟਰ ਭਗਵਾਨ ਸਿੰਘ ਜੀ ਨਾਲ, ਜੋ ਕਿ ਉਸ ਵਕਤ ਫੈਡਰੇਸ਼ਨ ਦੇ ਮੋਢੀ ਵੀ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਭਗਵਾਨ ਸਿੰਘ ਜੀ, ਜਿਹੜਾ ਕਿ ਜੂਨ 84 ਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਦੇ ਉੱਪਰ ਭਾਰਤੀ ਫੌਜਾਂ ਦੇ ਵੱਲੋਂ ਹਮਲਾ ਕੀਤਾ ਗਿਆ ਵਾ ਦੇਸ਼ ਦੀ ਪ੍ਰਧਾਨ ਮੰਤਰੀ ਦੇ ਹੁਕਮ 'ਤੇ, ਇਹ ਹਮਲਾ ਕਿਉਂ ਹੋਇਆ, ਕਿਹਨਾਂ ਕਾਰਨਾਂ ਕਰਕੇ ਜਿਹੜਾ ਕਿ ਇਹ ਸਾਰਾ ਕੁਝ ਸਿੱਖ ਕੌਮ ਨੂੰ ਆਪਣੇ ਪਿੰਡੇ 'ਤੇ ਸੰਤਾਪ ਹੰਢਾਉਣਾ ਪਿਆ? ਇਹਦੀਆਂ ਜੜ੍ਹਾਂ ਨੇ ਜਿਹੜੀਆਂ ਉਹ ਤਾਂ ਬਹੁਤ ਡੂੰਘੀਆਂ ਨੇ। ਸਿੱਖਾਂ ਦੇ ਨਾਲ ਜਿਹੜਾ ਇਨਜਸਟਿਸ ਹੋ ਰਿਹਾ ਹੈ 1947 ਤੋਂ ਹੀ ਹੋ ਰਿਹਾ ਹੈ, ਅਤੇ 1947 ਤੋਂ ਜਿਹੜਾ ਇਨਜਸਟਿਸ ਹੋਇਆ ਉਹ ਸਿੱਖ ਲੀਡਰਾਂ ਨੂੰ ਉਸ ਬਾਰੇ ਕੋਈ ਪਤਾ ਨਹੀਂ ਸੀ ਕਿ ਸਾਡੇ ਨਾਲ ਕੀ ਹੋਣ ਜਾ ਰਿਹਾ। ਜਦੋਂ ਕਿ ਜਿਹੜੀ ਰੂਲਿੰਗ ਕਲਾਸ ਸੀ ਜਾਂ ਜਿਹੜੇ ਲੀਡਰ ਸਨ ਉਸ ਵੇਲੇ ਦੇ, ਜਵਾਹਰ ਲਾਲ ਨਹਿਰੂ, ਮਹਾਤਮਾ ਗਾਂਧੀ ਅਤੇ ਸਰਦਾਰ ਪਟੇਲ, ਇਹ ਜਿਹੜੇ ਲੋਕ ਸਨ, ਇਹਨਾਂ ਨੂੰ ਪਤਾ ਸੀ ਵੀ ਸਿੱਖਾਂ ਦੀ ਕਿੰਨੀ ਤਾਕਤ ਹੈ, ਕਿਉਂਕਿ ਅੰਗਰੇਜ਼ ਜਦੋਂ ਵੀ ਕੋਈ ਮੀਟਿੰਗ ਕਰਦੇ ਸੀ ਪਾਵਰ ਦੇਣ ਵਾਸਤੇ ਜਾਂ ਦੇਸ਼ ਛੱਡਣ ਵਾਸਤੇ ਜਾਂ ਆਜ਼ਾਦੀ ਵਾਸਤੇ, ਤਾਂ ਤਿੰਨ ਕੌਮਾਂ ਨੂੰ ਸੱਦਦੇ ਸੀ। ਇੱਕ ਤਾਂ ਹਿੰਦੂਆਂ ਦਾ ਨੁਮਾਇੰਦਾ ਹੁੰਦਾ ਸੀ, ਇੱਕ ਮੁਸਲਮਾਨਾਂ ਦਾ ਮੁਸਲਿਮ ਲੀਗ ਦਾ ਨੁਮਾਇੰਦਾ ਹੁੰਦਾ ਸੀ, ਇੱਕ ਸਿੱਖਾਂ ਦਾ ਨੁਮਾਇੰਦਾ ਹੁੰਦਾ ਸੀ, ਤਿੰਨ ਨੁਮਾਇੰਦੇ ਹੁੰਦੇ ਸੀ। ਇਹਦਾ ਮਤਲਬ ਹੈ ਕਿ ਸਿੱਖਾਂ ਦੀ ਜਿਹੜੀ ਭਾਈ ਵਾਲੀ ਹੈ ਆਜ਼ਾਦੀ ਦੀ ਵਿੱਚ, ਉਹ ਤੀਜਾ ਹਿੱਸਾ ਮਤਲਬ ਭਾਈ ਵਾਲੀ ਸਿੱਖਾਂ ਦੀ ਬਣਦੀ ਸੀ, ਜਿਸ ਚੀਜ਼ ਨੂੰ ਹਿੰਦੂ ਲੀਡਰ ਨੇ ਬੜੀ ਚੰਗੀ ਤਰ੍ਹਾਂ ਸਮਝੇ ਸੀ ਕਿ ਇਹਨਾਂ ਦੀ ਫੌਜ ਦੇ ਵਿੱਚ ਬਹੁਤ ਗਿਣਤੀ ਹੈ, ਅੰਗਰੇਜ਼ ਇਹਨਾਂ ਦਾ ਬੜਾ ਸਤਿਕਾਰ ਕਰਦੇ ਨੇ, ਇਹਨਾਂ ਨੇ ਅੰਗਰੇਜ਼ਾਂ ਨੂੰ ਦੋਵੇਂ ਵਰਲਡ ਵਾਰਾਂ ਜਿੱਤ ਕੇ ਦਿੱਤੀਆਂ ਨੇ, ਇਸ ਵਾਸਤੇ ਅੰਗਰੇਜ਼ਾਂ ਨੇ ਇਹਨਾਂ ਨੂੰ ਅੱਡ ਦੇਸ਼ ਦੇ ਦੇਣਾ ਕਿ ਅਸੀਂ ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਆਪਦੇ ਚੰਗਲ 'ਚ ਫਸਾਈ ਰੱਖੀਏ। ਅਤੇ ਸਿੱਖ ਇੰਨੇ ਭੋਲੇ ਭਾਲੇ ਸੀ, ਜਾਂ ਸਮਝ ਲਓ ਕਿ ਬ੍ਰਾਹਮਣ ਜਿਹੜਾ ਉਹ ਇੰਨਾ ਸ਼ਾਤਰ ਦਿਮਾਗ ਸੀ ਕਿ ਉਹ ਪਹਿਲਾਂ ਹੀ ਸਿੱਖ ਧਰਮ ਦੇ ਵਿੱਚ ਬੜੀ ਬੁਰੀ ਤਰ੍ਹਾਂ, ਮਹਾਰਾਜਾ ਰਣਜੀਤ ਸਿੰਘ ਰਾਜ ਦੇ ਵੇਲੇ ਤੋਂ ਹੀ ਬੜੀ ਬੁਰੀ ਤਰ੍ਹਾਂ ਵੜ ਚੁੱਕਿਆ ਸੀ ਸਿੱਖਾਂ ਦੇ ਵਿੱਚ, ਕਿਉਂਕਿ ਉਦੋਂ ਜਿਹੜਾ ਖਾਲਸਾ ਰਾਜ ਸੀ ਉਹ ਜੇ ਖਤਮ ਕਿਵੇਂ ਹੋਇਆ, ਜੋ ਉਹਦਾ ਇਤਿਹਾਸ ਪੜ੍ਹੀਏ ਤਾਂ ਇਹੀ ਪਤਾ ਲੱਗਦਾ ਕਿ ਜਿਹੜੀਆਂ ਬ੍ਰਾਹਮਣਿਕਲ ਤਾਕਤਾਂ ਸੀ ਉਹਨਾਂ ਨੂੰ ਉਹ ਖਾਲਸਾ ਰਾਜ ਹੈ ਜਿਹੜਾ ਉਹ ਹਾਜ਼ਮੇ ਨਹੀਂ ਸੀ ਆਉਂਦਾ, ਉਹ ਕਹਿੰਦੇ ਸੀ ਕਿਹੜਾ ਵੇਲਾ ਖਤਮ ਹੋਵੇ ਅਤੇ ਰਾਜ ਹੈ ਜਿਹੜਾ ਹਿੰਦੂਆਂ ਦੇ ਹੱਥ 'ਚ ਆ ਜਾਵੇ। ਇਸੇ ਕਰਕੇ ਤੇਜਾ ਸਿੰਘ ਜਰਨੈਲ, ਲਾਲ ਸਿੰਘ ਜਰਨੈਲ, ਧਿਆਨ ਸਿੰਘ ਡੋਗਰਾ, ਇਹ ਸਾਰੇ ਕੱਟੜ ਹਿੰਦੂ ਸਨ, ਕੱਟੜ ਬ੍ਰਾਹਮਣਵਾਦੀ ਸਨ, ਇਹ ਕਿਸੇ ਨਾ ਕਿਸੇ ਤਰੀਕੇ ਨਾਲ ਉੱਪਰ ਵਾਲੀਆਂ ਪੋਸਟਾਂ 'ਤੇ ਪਹੁੰਚ ਗਏ, ਸਾਰੀ ਤਾਕਤ ਇਹਨਾਂ ਦੇ ਹੱਥ 'ਚ ਆ ਗਈ ਅਤੇ ਇਹਨਾਂ ਨੇ ਖਾਲਸਾ ਰਾਜ ਜਿਹੜਾ ਮਿਲੀ ਅਮਿਟ ਕਰਤਾ। ਡਾਕਟਰ ਸਾਹਿਬ ਵੀ ਜਿਹੜੀ ਇਹ ਗੱਲ ਤੁਸੀਂ ਕਹੀ ਹੈ ਵੀ 1947 ਵਿੱਚ ਡੋਗਰੇ ਸੀਗੇ ਜਾਂ ਕੋਈ ਹੋਰ ਸੀਗੇ ਹਿੰਦੂ ਭਾਈਵਾਲ ਸੀਗੇ, ਪਰ ਜੇ ਅਸੀਂ ਗੱਲ ਕਰੀਏ ਜੂਨ 84 ਦੀ, ਉਸ ਵਕਤ ਤਾਂ ਪੰਜਾਬ ਦੇ ਵਿੱਚ ਅਕਾਲੀ ਸਰਕਾਰ ਸੀ, ਉਸ ਵਕਤ ਜਿਹੜੇ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਟੋੜਾ ਸਾਹਿਬ ਸੀਗੇ, ਲੌਂਗੋਵਾਲ ਸੀਗੇ, ਜਾਣੀ ਪ੍ਰਕਾਸ਼ ਸਿੰਘ ਬਾਦਲ ਸੀ, ਸੁਰਜੀਤ ਸਿੰਘ ਬਰਨਾਲਾ ਸੀ, ਇਸ ਤਰ੍ਹਾਂ ਜਿਹੜੇ ਇਹ ਸਾਰੇ ਸਿੱਖ ਲੀਡਰ ਸੀਗੇ, ਅਕਾਲੀ ਲੀਡਰ ਜਿਹਨਾਂ ਨੂੰ ਟਕਸਾਲੀ ਲੀਡਰ ਵੀ ਕਿਹਾ ਜਾਂਦਾ ਹੈ। ਪਰ ਫਿਰ ਵੀ ਇਹ ਮੌਕਾ ਕਿਉਂ ਬਣਿਆ, ਇਹ ਕਿਉਂ ਜਿਹੜਾ ਕਿ ਸ਼੍ਰੀ ਦਰਬਾਰ ਸਾਹਿਬ ਦੇ ਉੱਪਰ ਹਮਲਾ ਕੀਤਾ ਗਿਆ ਅਤੇ ਅਕਾਲ ਤਖਤ ਸਾਹਿਬ ਨੂੰ ਜਿਹੜਾ ਢਹਿ ਢੇਰੀ ਕੀਤਾ ਗਿਆ? ਇਹ ਤੁਸੀਂ ਥੋੜ੍ਹਾ ਜਿਹਾ ਗਲਤੀ ਕਰਦੇ ਹੋ, ਇਹ ਗੱਲ ਹੈ ਜਿਹੜੀ 1978 'ਚ ਸ਼ੁਰੂ ਹੋਈ ਹੈ ਜਦੋਂ ਨਿਰੰਕਾਰੀਆਂ ਵਾਲਾ ਕਾਂਡ ਹੋਇਆ ਅੰਮ੍ਰਿਤਸਰ ਦੇ ਵਿੱਚ, ਉਦੋਂ ਬਾਦਲ ਦੀ ਸਰਕਾਰ ਸੀ, ਅਕਾਲੀ ਸਰਕਾਰ ਸੀ, ਅਤੇ ਮੁਰਾਰ ਜੀ ਉਹ ਪ੍ਰਾਈਮ ਮਿਨਿਸਟਰ ਸੀ। ਅਤੇ ਜਦੋਂ 84 'ਚ ਘੱਲੂਘਾਰਾ ਹੋਇਆ ਜਾਂ ਅਟੈਕ ਹੋਇਆ ਦਰਬਾਰ ਸਾਹਿਬ 'ਤੇ, ਉਦੋਂ ਗੁਰਨੀ ਰਾਜ ਸੀ, ਉਸ ਤੋਂ ਬਾਅਦ ਬਹੁਤ ਚਿਰ ਗੁਰਨੀ ਰਾਜ ਰਿਹਾ, ਦਰਬਾਰ ਸਾਹਿਬ ਦੀ ਦਰਬਾਰਾ ਸਿੰਘ ਦੀ ਸਰਕਾਰ ਰਹੀ ਥੋੜ੍ਹਾ ਚਿਰ, ਉਹ ਖਤਮ ਕਰਕੇ ਅਤੇ ਗੁਰਨੀ ਰਾਜ ਲਾ ਦਿੱਤਾ ਸੀ। ਉਦੋਂ ਜਿਹੜੇ 78 ਦੇ ਵਿੱਚ ਅਕਾਲੀਆਂ ਨੇ ਗਲਤੀ ਕੀਤੀ, ਗਲਤੀ ਨਹੀਂ ਕੀਤੀ, ਜਾਣ ਬੁੱਝ ਕੇ ਕੀਤਾ ਇਹਨਾਂ ਨੇ, ਕਿਉਂਕਿ ਇਹਨਾਂ ਨੇ ਸੈਂਟਰ ਦੀ ਸਰਕਾਰ ਨੇ ਇਹਨਾਂ ਨੂੰ ਹੁਕਮ ਦਿੱਤਾ ਕਿ ਤੁਸੀਂ ਨਿਰੰਕਾਰੀਆਂ ਦਾ ਜਿਹੜਾ ਇੱਥੇ ਸਮਾਗਮ ਕਰਵਾਉਣਾ ਹੈ, ਇਹਨਾਂ ਨੇ ਜਸ ਕਰਤੀ। ਸੰਤ ਜਰਨੈਲ ਸਿੰਘ ਨੇ ਵਿਰੋਧ ਕੀਤਾ, ਟਕਸਾਲ ਨੇ ਵਿਰੋਧ ਕੀਤਾ, ਅਖੰਡ ਕੀਰਤੀ ਜਥੇ ਨੇ ਵਿਰੋਧ ਕੀਤਾ, ਸਿੱਖ ਨੌਜਵਾਨਾਂ ਨੇ ਵਿਰੋਧ ਕੀਤਾ ਇਹਦਾ, ਪਰ ਬਾਦਲ ਦੇ ਅਤੇ ਚੀਫ ਮਿਨਿਸਟਰ ਤਾਂ ਬਾਦਲ ਹੀ ਸੀ, ਟੋੜਾ ਸੀ ਸ਼੍ਰੋਮਣੀ ਕਮੇਟੀ ਦਾ, ਇਹਨਾਂ ਨੇ ਕੋਈ ਉਸ ਚੀਜ਼ ਦਾ ਨੋਟਿਸ ਨਹੀਂ ਲਿਆ, ਨਾ ਇਹਨਾਂ ਨੇ ਉਸ ਦੀ ਸੀਰੀਅਸਨੈਸ ਨੂੰ ਸਮਝਿਆ ਕਿ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਦੇ ਵਿੱਚ ਜਿਹੜਾ ਸਿੱਖਾਂ ਦਾ ਗੜ੍ਹ ਹੈ, ਸਿੱਖਾਂ ਦਾ ਮੱਕਾ ਹੈ, ਸਿੱਖਾਂ ਦਾ ਕੇਂਦਰ ਹੈ, ਉੱਥੇ ਨਿਰੰਕਾਰੀ ਆ ਕੇ ਅਤੇ ਕੂੜ ਪ੍ਰਚਾਰ ਸਿੱਖੀ ਦੇ ਖਿਲਾਫ ਕਰਨ, ਅਤੇ ਉਹਦਾ ਅਸਰ ਕੀ ਹੋਊਗਾ, ਅਤੇ ਉਹਦੇ 'ਚ ਸਿੱਖੀ ਨੂੰ ਅਤੇ ਸਿੱਖਾਂ ਨੂੰ ਕਿੰਨੇ ਕੁ ਸੱਟ ਵੱਜੂਗੀ, ਇਸ ਚੀਜ਼ ਦਾ ਇਹਨਾਂ ਨੂੰ ਪਤਾ ਸੀ। ਲੇਕਿਨ ਕਿਉਂਕਿ ਇਹਦਾ ਕੁਰਸੀ ਚਾਹੁੰਦੇ ਨੇ ਇਹਨਾਂ ਨੂੰ, ਸਿੱਖੀ ਦੇ ਨਾਲ ਕੋਈ ਮਤਲਬ ਨਹੀਂ, ਟੋੜਾ ਤਾਂ ਵੈਸੇ ਹੀ ਕਾਰਡ ਹੋਲਡਰ 10 ਦਿਨ ਪਹਿਲਾਂ ਹੀ,
ਤੇ ਬਾਦਲ ਦਾ ਜਿਹੜਾ ਪਰਿਵਾਰ ਹੈ ਇਹਨਾਂ ਦਾ ਸਿੱਖੀ ਨਾਲ ਵੀ ਕੋਈ ਸੰਬੰਧ ਨਹੀਂ। ਇਸ ਵਾਸਤੇ ਇਹਨਾਂ ਨੇ ਜਿਹੜੀ ਦਮਦਮ ਟਿਕ ਸਾਹਿਬ ਦੀ ਜਾਂ ਅਖੰਡ ਕੀਰਤਨੀ ਜਥੇ ਦੀ ਜਾਂ ਸਿੱਖ ਨੌਜਵਾਨਾਂ ਦੀ ਜਿਹੜੀ ਡਿਮਾਂਡ ਸੀ ਕਿ ਇਹਨਾਂ ਨੂੰ ਇਹ ਸਮਾਗਮ ਨਾ ਕੀਤਾ ਜਾਏ, ਇਹਨਾਂ ਨੂੰ ਇਹਨਾਂ ਨੇ ਅੱਖੋਂ ਪਰੋਖੇ ਕਰਤਾ ਅਤੇ ਉਹ ਸਮਾਗਮ ਇਹਨਾਂ ਨੇ ਕਰਵਾਇਆ। ਉਸ ਸਮਾਗਮ ਦੇ ਵਿੱਚ 13 ਸਿੱਖ ਜਿਹੜੇ ਗਏ ਸੀ 13 ਸਿੰਘ ਪ੍ਰੋਟੈਸਟ ਕਰਨ, ਪੀਸਫੁੱਲ ਪ੍ਰੋਟੈਸਟ ਕਰਨ, ਉਹਨਾਂ 'ਤੇ ਗੋਲੀਆਂ ਚੱਲੀਆਂ, ਉਹ ਸ਼ਹੀਦ ਹੋ ਗਏ। ਉਸ ਤੋਂ ਬਾਅਦ ਜਿਹੜਾ ਇਸ ਚੀਜ਼ ਦਾ ਨੀਂਹ ਉੱਦਣ ਰੱਖੀ ਗਈ ਜਿੱਦਣ ਨਿਰੰਕਾਰੀ ਕਾਂਡ ਅੰਮ੍ਰਿਤਸਰ ਦੇ ਵਿੱਚ ਹੋਇਆ, ਮਤਲਬ ਦਰਬਾਰ ਸਾਹਿਬ ਦੇ 1984 ਦੇ ਘੱਲੂਘਾਰੇ ਦੀ ਜਾਂ ਅਟੈਕ ਦੀ ਜਾਂ ਅਕਾਲ ਤਖ਼ਤ ਨੂੰ ਟੈ ਢੇਰੀ ਕਰਨ ਦੀ ਜਾਂ ਦਰਬਾਰ ਸਾਹਿਬ ਦੇ ਅਟੈਕ ਦੀ ਜਿਹੜੀ ਨੀਂਹ ਹੈ ਉਹ 78 ਵਿਸਾਖੀ ਵਾਲੇ ਦਿਨ ਰੱਖੀ ਗਈ। ਉਸ ਤੋਂ ਬਾਅਦ ਜਿਹੜੇ ਸਿੰਘ ਸ਼ਹੀਦ ਹੋਏ ਉਹਨਾਂ ਦੇ ਜਿਹੜੇ ਪਰਿਵਾਰ ਸੀ ਜਾਂ ਦਮਦਮੀ ਟਕਸਾਲ ਜਾਂ ਜਿਹੜੇ ਅਖੰਡ ਕੀਰਤਨ ਜਥੇ ਵਾਲੇ ਸੀ ਉਹ ਇਕਜੁੱਟ ਹੋ ਗਏ, ਇਕੱਠੇ ਹੋ ਗਏ, ਉਹਨਾਂ ਨੇ ਪ੍ਰੋਟੈਸਟ ਕਰਨਾ ਸ਼ੁਰੂ ਕਰਤੇ। ਨਿਰੰਕਾਰੀਆਂ ਦੇ ਖਿਲਾਫ ਸਾਰਾ ਮਾਹੌਲ ਹੋ ਗਿਆ। ਨਿਰੰਕਾਰੀਆਂ ਤੋਂ ਇੱਥੋਂ ਤੱਕ ਗੁਰਬਚਨ ਨੇ ਉਹਨਾਂ ਨੂੰ ਛੱਡਤਾ, ਕਰਨਾਲ ਵਾਲ ਦਾ ਕੇਸ ਲੈ ਗਿਆ, ਉਹਨਾਂ ਨੂੰ ਬਰੀ ਕਰਤਾ ਜੱਜ ਨੇ। ਉਹ ਬਰੀ ਕਰਨ ਤੋਂ ਬਾਅਦ ਉਹਦਾ ਰਿਐਕਸ਼ਨ ਬੜਾ ਹੋਇਆ ਸਿੱਖਾਂ 'ਤੇ ਕਿ ਸਾਡੇ ਨਾਲੇ 13 ਸਿੰਘ ਸ਼ਹੀਦ ਕਰਦੇ ਨਾਲੇ ਇਹਨਾਂ ਨੂੰ ਬਰੀ ਕਰਤਾ। ਉਸ ਤੋਂ ਬਾਅਦ ਜ਼ਿਆਦਾ ਅੱਗ ਭੜਕਣੀ ਸ਼ੁਰੂ ਹੋ ਗਈ। ਔਰ ਇਹਨਾਂ ਨੇ ਅਕਾਲੀਆਂ ਦੀ ਇਹ ਕਰਤੂਤ ਸੀ ਕਿ ਇਹਨਾਂ ਨੇ ਉਸ ਫੈਸਲੇ ਦਾ ਹਾਈ ਕੋਰਟ ਦੇ ਵਿੱਚ ਵੀ ਇਹਨਾਂ ਨੇ ਉਹਨੂੰ ਚੈਲੰਜ ਨਹੀਂ ਕੀਤਾ ਜਿਹੜਾ ਸੈਸ਼ਨ ਕੋਰਟ ਦਾ ਫੈਸਲਾ ਸੀ ਅੰਮ੍ਰਿਤਸਰ ਦਾ। ਸੁਪਰੀਮ ਕੋਰਟ ਦਾ ਕਰਨਾ ਹੀ ਕੀ ਸੀ, ਹਾਈ ਕੋਰਟ 'ਚ ਵੀ ਇਹਨਾਂ ਨੇ ਚੈਲੰਜ ਨਹੀਂ ਕੀਤਾ ਕਿਉਂਕਿ ਇਹ ਚਾਹੁੰਦੇ ਸੀ ਕਿ ਕਿਸੇ ਨਾ ਕਿਸੇ ਢੰਗ ਨਾਲ ਉਹ ਨਿਰੰਕਾਰੀ ਨੇ ਜਿਹੜੀ ਉਹ ਬਰੀ ਹੋ ਜਾਣ। ਫਿਰ ਇਹਦਾ ਕੋਈ ਤਰੀਕਾ ਹੋਰ ਰਹਿ ਹੀ ਨਹੀਂ ਜਾਂਦਾ। ਜੇ ਕੋਈ ਸਰਕਾਰ ਤੁਹਾਨੂੰ ਜਸਟਿਸ ਨਹੀਂ ਦਿੰਦੀ, ਨਿਆਂ ਨਹੀਂ ਦਿੰਦੀ, ਫਿਰ ਨਿਆਂ ਸਿੱਖਾਂ ਨੂੰ ਤਾਂ ਸਿਖਾਇਆ ਹੀ ਇਹ ਗਿਆ ਵੀ ਨਿਆਂ ਤੁਸੀਂ ਆਪ ਲੈ ਸਕਦੇ ਹੋ, ਆਪ ਲੈਣਾ, ਫਿਰ ਹਥਿਆਰ ਚੁੱਕ ਲਓ। ਚੁੰਕਾਰਾ ਸਮਾਜ ਇੱਥੇ ਦਸ ਗੁਰਸ ਹਲਾਸ ਲਸਤ ਬੁਰਦਮ ਸ਼ਮਸ਼ੀਰ ਦਸ, ਫਿਰ ਤਾਂ ਸ਼ਮਸ਼ੀਰ 'ਤੇ ਹੱਥ ਜਾਣਾ ਹੀ ਸੀ। ਉਸ ਤੋਂ ਬਾਅਦ ਨਿਰੰਕਾਰੀਆਂ ਦੇ ਖਿਲਾਫ ਸ਼ੁਰੂ ਹੋ ਗਿਆ ਕੰਮ, ਇਹਨਾਂ ਦੇ ਅਟੈਕ ਹੋਣੇ ਸ਼ੁਰੂ ਹੋ ਗਏ। ਫਿਰ ਆਹਿਸਤਾ ਆਹਿਸਤਾ ਵੱਧਦੀ ਵੱਧਦੀ ਗੱਲ ਹੈ ਜਿਹੜੀ ਉੱਥੋਂ ਤੱਕ ਚਲੀ ਗਈ ਕਿ ਲਾਲਾ ਜਗਤ ਨਾਰਾਇਣ ਸੀ ਜਿਹੜਾ ਜਲੰਧਰ ਵਾਲਾ, ਉਹਨੇ ਲਗਾਤਾਰ ਹੀ ਸਿੱਖਾਂ ਦੇ ਖਿਲਾਫ ਅਤੇ ਨਿਰੰਕਾਰੀਆਂ ਦੇ ਹੱਕ 'ਚ ਲਿਖਣਾ ਸ਼ੁਰੂ ਕਰਤਾ। ਸਭ ਨੂੰ ਜ਼ਿਆਦਾ ਅੱਗ ਜਿਹੜੀ ਭੜਕਾਈ ਉਹ ਲਾਲਾ ਜਗਤ ਨਾਰਾਇਣ ਨੇ ਅਤੇ ਉਹਦੇ ਅਖਬਾਰ ਨੇ ਭੜਕਾਈ, ਜਿਹਦਾ ਰਿਜ਼ਲਟ ਹੈ ਜਿਹੜਾ ਇਹ 84 ਦਾ ਜਿਹੜਾ ਘੱਲੂਘਾਰਾ ਹੈ ਜਾਂ ਜਿਹੜਾ ਅਟੈਕ ਹੈ ਜਾਂ ਇੰਦਰਾ ਗਾਂਧੀ ਜਿਹੜਾ ਅਟੈਕ ਹੈ ਉਹ ਸਾਰਾ ਹੈ। ਮਤਲਬ ਇਹਨਾਂ ਦੀ ਲਾਲੇ ਦੀ ਅਤੇ ਨਿਰੰਕਾਰੀਆਂ ਦੀ ਅਤੇ ਅਕਾਲੀ ਸਰਕਾਰ ਦੀ, ਇਹਨਾਂ ਤਿੰਨਾਂ ਦੀ ਮਿਲੀ ਭੁਗਤ ਨਾਲ ਸਾਰਾ ਕੁਛ ਹੋਇਆ। ਡਾਕਟਰ ਭਗਵੰਤ ਸਿੰਘ ਜੀ, ਤੁਸੀਂ ਦੱਸਿਆ ਕਿ ਸਾਰੀ ਇਹ ਸਾਜਿਸ਼ ਦੇ ਤਹਿਤ ਸਾਰਾ ਕੁਝ ਉੱਥੇ ਹੋਇਆ ਜੋ ਗੱਲਾਂ ਤੁਸੀਂ ਕਰ ਰਹੇ ਹੋ, ਅਤੇ ਜਿਹੜਾ ਕਿ ਤੁਹਾਡਾ ਸੰਦਰਭ ਜਿਹੜਾ ਕਿ ਜਿਵੇਂ ਤੁਸੀਂ ਹੋ, ਤੁਸੀਂ ਸਨ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਨਾਲ ਕਿਵੇਂ ਜੁੜੇ, ਤੁਸੀਂ ਕਿਵੇਂ ਉੱਥੇ ਪਹੁੰਚੇ, ਕੀ ਕਰਦੇ, ਉਸ ਤੋਂ ਪਹਿਲਾਂ ਤੁਸੀਂ ਕੀ ਕਰਦੇ ਸੀ? ਮੈਂ ਭਾਈ ਅਮਰੀਕ ਸਿੰਘ ਨੂੰ 1976 ਤੋਂ ਜਾਣਦਾ ਸੀ, ਉਦੋਂ ਉਹ ਪ੍ਰਧਾਨ ਨਹੀਂ ਸੀ ਬਣਿਆ ਜਾ ਰਿਹਾ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ, ਜਦੋਂ ਪ੍ਰਧਾਨ ਬਣਦੇ ਨੇ ਫਿਰ ਉਸ ਤੋਂ ਬਾਅਦ ਉਹਨਾਂ ਨੂੰ 82 'ਚ ਮਿਲਿਆ ਅਨੰਦਪੁਰ ਸਾਹਿਬ ਕੈਂਪ 'ਤੇ, ਅਤੇ ਕੈਂਪ 'ਤੇ ਮਤਲਬ ਉਹ ਮੈਨੂੰ ਪਹਿਲਾਂ ਜਾਣਨ ਕਰਕੇ ਜਾਂ ਪ੍ਰਭਾਵਿਤ ਹੋਏ, ਕਹਿਣ ਲੱਗੇ ਤੁਸੀਂ ਮੇਰੇ ਕਮਰੇ 'ਚ ਰਹਿਣਾ 2 ਦਿਨ ਜਿੰਨਾ ਚਿਰ ਕੈਂਪ ਰਹੇ, ਤੁਸੀਂ ਇੱਥੇ ਲੈਕਚਰ ਵੀ ਦੇਣੇ, ਅਤੇ ਉਸ ਤੋਂ ਬਾਅਦ ਉਹਨਾਂ ਨੇ ਇਹ ਡਿਊਟੀ ਲਾਈ ਕਿ ਤੁਸੀਂ ਉੱਥੇ ਜਾ ਕੇ ਅਤੇ ਫੈਡਰੇਸ਼ਨ ਨੂੰ ਔਰਗਨਾਈਜ਼ ਕਰਨਾ ਚੰਡੀਗੜ੍ਹ ਦੇ ਵਿੱਚ। ਮਤਲਬ ਮੈਂ ਉਸ ਗੱਲ ਨੂੰ ਬੜਾ ਸੀਰੀਅਸਲੀ ਲਿਆ ਕਿਉਂਕਿ ਉਦੋਂ ਮੂਵਮੈਂਟ ਜਿਹੜੀ ਬਹੁਤ ਅੱਗੇ ਜਾ ਚੁੱਕੀ ਸੀ, ਲਾਲਾ ਜਗਤ ਸਿੰਘ ਦਾ ਕਤਲ ਹੋ ਚੁੱਕਿਆ ਸੀ ਅਤੇ ਆਪਣਾ ਇੱਕ ਪਲੇਨ ਵੀ ਹਾਈਜੈਕ ਹੋ ਚੁੱਕਿਆ ਸੀ ਦਲ ਖਾਲਸੇ ਵੱਲੋਂ, ਅਤੇ ਮਤਲਬ ਬਹੁਤ ਜ਼ਿਆਦਾ ਜਿਹੜੀ ਮੂਵਮੈਂਟ ਉਹ ਭੱਜ ਚੁੱਕੀ ਸੀ। ਹਾਲ ਜਿਹੜੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਜਿਹੜੇ ਨੌਜਵਾਨ ਸੀ ਉਹ ਬਹੁਤ ਕੰਮ ਕਰ ਰਹੇ ਸੀ, ਅਤੇ ਮੈਂ ਆਪਦਾ ਫਰਜ਼ ਸਮਝਿਆ ਮੈਨੂੰ ਇਹ ਕੰਮ ਕਰਨਾ ਚਾਹੀਦਾ। ਉਸ ਤੋਂ ਬਾਅਦ ਅਸੀਂ ਸਨ ਜਰਨੈਲ ਸਿੰਘ ਨੂੰ ਮਿਲਣ ਅੰਮ੍ਰਿਤਸਰ ਗਏ, ਇੱਕ ਵਾਰ ਚੌਕ ਮਹਿਤੇ ਵੀ ਗਏ, ਚੌਕ ਮਹਿਤੇ ਉਹਨਾਂ ਨਾਲ ਕੋਈ ਅਖਬਾਰ ਕੱਢਣ ਦੀ ਵੀ ਸਾਡੀ ਗੱਲ ਹੋਈ ਇੱਕ ਵਾਰ, ਅਤੇ ਉਹ ਕਹਿਣ ਲੱਗੇ ਵੀ ਠੀਕ ਹੈ ਅਖਬਾਰ ਕੱਢਾਂਗੇ ਆਪਾਂ, ਪਰ ਉਸ ਤੋਂ ਬਾਅਦ ਹਾਲਾਤ ਇੰਨੇ ਵਿਗੜੇ ਕਿ ਉਹ ਕਹਿਣ ਲੱਗੇ ਕਿ ਹੁਣ ਆਪਾਂ ਨੂੰ ਹਥਿਆਰਾਂ ਦੀ ਲੜਾਈ ਲੜਨੀ ਪੈਣੀ, ਹੁਣ ਅਖਬਾਰ ਤੋਂ ਬਾਅਦ 'ਚ ਕਰ ਲਵਾਂਗੇ। ਭਾਈ ਅਮਰੀਕ ਸਿੰਘ ਅਰੈਸਟ ਹੋ ਗਏ, ਬਾਬਾ ਥਰਾ ਸਿੰਘ ਅਰੈਸਟ ਹੋ ਗਏ, ਸੰਤਾਂ ਨੇ ਉੱਥੇ ਮੋਰਚਾ ਲਾ ਦਿੱਤਾ, ਮੋਰਚਾ ਲਾਉਣ ਤੋਂ ਬਾਅਦ ਫਿਰ ਇਹ ਧਰਮਜੋਤ ਮੋਰਚਾ ਇਹਨਾਂ ਨੇ ਅਕਾਲੀਆਂ ਨੇ ਵੀ ਉਹਦੀ ਸ਼ਮੂਲੀਅਤ ਕਰ ਲਈ ਕਿਉਂਕਿ ਅਕਾਲੀਆਂ ਨੂੰ ਪਤਾ ਲੱਗ ਗਿਆ ਸੀ ਵੀ ਸਾਡੇ ਪੱਲੇ ਕੁਛ ਨਹੀਂ, ਇਸ ਵਾਸਤੇ ਇਹਨਾਂ ਨੇ ਸ਼ਮੂਲੀਅਤ ਕਰਨੀ। ਸ਼ਮੂਲੀਅਤ ਕਰਨ ਤੋਂ ਬਾਅਦ ਫਿਰ 84 ਤੱਕ ਉਹ ਧਰਮਜੋਤ ਮੋਰਚਾ ਜਿਹੜਾ ਚੱਲਿਆ, ਉਹਦੇ ਦਰਮਿਆਨ ਜਿਹੜੇ ਸੰਤਾਂ ਦੀ ਲੀਡਰਸ਼ਿਪ ਇੰਨੀ ਉੱਭਰ ਗਈ ਕਿ ਜਿਹੜੇ ਅਕਾਲੀ ਲੀਡਰ ਨੇ ਇਹ ਬਾਉਣੇ ਹੋ ਗਏ, ਬਿਲਕੁਲ ਹੀ ਸੰਤ ਲੌਂਗੋਵਾਲ ਵੀ ਬਾਉਣਾ ਹੋ ਗਿਆ ਅਤੇ ਪ੍ਰਕਾਸ਼ ਸਿੰਘ ਬਾਦਲ ਅਤੇ ਗੁਰਚਰਨ ਸਿੰਘ ਟੌੜਾ ਇਹ ਬਿਲਕੁਲ ਬਾਉਣੇ ਹੋ ਗਏ, ਉਹ ਇੱਕ ਕਿਸਮ ਦਾ ਬਹੁਤ ਵੱਡਾ ਲੀਡਰ ਉੱਭਰ ਕੇ ਸਾਹਮਣੇ ਆ ਗਿਆ ਸਿੱਖਾਂ ਨੂੰ, ਅਤੇ ਸਿੱਖਾਂ ਦੀ ਇੱਕ ਉਮੀਦ ਜਾਗ ਪਈ ਕਿ ਹੁਣ ਜਿਹੜੇ ਸਿੱਖਾਂ ਨਾਲ ਇੰਨਾ ਚਿਰ ਦੇ ਜਿਹੜਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਜਿਹੜੇ ਅਨਿਆਂ ਹੋਏ ਨੇ ਵੀ ਉਹ ਨਿਆਂ ਲੈਣ ਵਾਲਾ ਕੋਈ ਲੀਡਰ ਹੁਣ ਸਾਨੂੰ ਮਿਲ ਗਿਆ। ਇਸ ਵਾਸਤੇ ਮਤਲਬ ਉਹਨਾਂ ਦੇ ਇਰਦ ਗਿਰਦ ਸਾਰੇ ਸਿੱਖ ਜਗਤ ਜਿਹੜਾ ਉਹ ਇਕੱਠਾ ਹੋਣਾ ਸ਼ੁਰੂ ਹੋ ਗਿਆ, ਜਿਸ ਚੀਜ਼ ਦਾ ਰਿਜ਼ਲਟ ਇਹ ਹੋ ਗਿਆ ਕਿ ਇਹਨਾਂ ਲੋਕਾਂ ਨੂੰ ਜਿਹੜੇ 3 ਲੀਡਰ ਮੈਂ ਤੁਹਾਨੂੰ ਦੱਸਿਆ ਜਿਹੜੇ ਬਿਲਕੁਲ ਬਾਉਣੇ ਹੋ ਚੁੱਕੇ, ਜਿਹਨਾਂ ਕੱਦ ਖਤਮ ਹੋ ਚੁੱਕਿਆ ਸੀ, ਰੈਪਰੈਂਸ ਖਰਾਬ ਹੋ ਚੁੱਕੀ ਸੀ,
ਇਹਨਾਂ ਨੇ ਸਕੀਮਾਂ ਬਣਾਉਣੀਆਂ ਸ਼ੁਰੂ ਕਰਤੀਆਂ ਅਤੇ ਇਹਨਾਂ ਨੂੰ ਰਸਤੇ ਤੋਂ ਕਿਵੇਂ ਹਟਾਇਆ ਜਾਵੇ ਸੰਜੇ ਨਾਇਰ ਸਿੰਘ ਨੂੰ, ਅਤੇ ਉਹਨਾਂ ਨੂੰ ਹਟਾਉਣ ਦਾ ਇੱਕੋ ਤਰੀਕਾ ਸੰਜੇ ਨਾਇਰ ਸਿੰਘ ਨੇ ਕਿ ਉਹਨੂੰ ਮਰਵਾਇਆ ਜਾਵੇ, ਅਤੇ ਮਰਵਾਉਣ ਦਾ ਇੱਕੋ ਤਰੀਕਾ ਸੀ ਕਿ ਉੱਥੇ ਫੌਜ ਭੇਜੀ ਜਾਵੇ, ਅਤੇ ਫੌਜ ਭੇਜਣ ਵਾਸਤੇ ਵੀ ਇਹਨਾਂ ਨੇ ਸਰਕਾਰ ਨੂੰ ਚਿੱਠੀਆਂ ਲਿਖੀਆਂ ਨੇ, ਸਰਕਾਰ ਨੂੰ ਇਹ ਕਿਹਾ ਵੀ ਸਾਡੇ ਕੰਟਰੋਲ ਤੋਂ ਬਾਹਰ ਹੈ ਜੀ, ਤੁਸੀਂ ਕਰੋ ਜੀ ਕੁਛ, ਸਾਤੋਂ ਕੁਛ ਨਹੀਂ ਹੁੰਦਾ। ਮਤਲਬ ਮੇਨ ਰੀਜ਼ਨ ਇਹਨਾਂ ਦਾ ਇਹ ਸੀ ਵੀ ਜੇ ਸੰਤ ਜਰਨੈਲ ਸਿੰਘ ਜਿਉਂਦਾ ਵੀ ਰਹਿ ਜਾਂਦਾ, ਜੇ ਸਮਝੌਤਾ ਸਰਕਾਰ ਕਰ ਲੈਂਦੀ ਸੰਤ ਜਰਨੈਲ ਸਿੰਘ ਮਰਦਾ ਨੇ, ਉਸ ਤੋਂ ਬਾਅਦ ਵੀ ਸਾਡੀ ਕਹਾਣੀ ਖਤਮ ਹੋ ਚੁੱਕੀ ਸੀ, ਵੀ ਸਾਨੂੰ ਕਿਸੇ ਨੇ ਨਹੀਂ ਪੁੱਛਿਆ। ਇਸ ਵਾਸਤੇ ਇਹ ਮਰਵਾਉਣਾ ਹੀ ਚਾਹੁੰਦੇ ਸੀ ਸੰਤ ਜਰਨੈਲ ਸਿੰਘ ਨੂੰ, ਜਿਸ ਕਰਕੇ ਇਹਨਾਂ ਨੂੰ ਪੂਰਾ ਜ਼ੋਰ ਲਾ ਕੇ ਅਤੇ ਫੌਜ ਚੜ੍ਹਾਈ ਹੈ, ਫੌਜ ਆਪ ਚੜ੍ਹਾ ਕੇ ਲੈ ਗਿਆ ਇਹਨਾਂ ਨਾਲ, ਕਿ ਕਿਸੇ ਸਰਕਾਰ ਨੇ ਚੜ੍ਹਾਈ। ਜਾਣੀ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕਿ ਸ਼੍ਰੀ ਦਰਬਾਰ ਸਾਹਿਬ ਦੇ ਉੱਪਰ ਹਮਲਾ ਕਰਾਉਣਾ ਅਤੇ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰਾਉਣਾ ਦੇ ਵਿੱਚ ਨੀਲੀਆਂ ਪੱਗਾਂ ਵਾਲਿਆਂ ਦਾ ਸਭ ਤੋਂ ਵੱਡਾ ਹੱਥ, ਸਭ ਤੋਂ ਵੱਡਾ ਇਹਨਾਂ ਦਾ ਹੱਥ, ਇਹਨਾਂ ਨੇ। ਪਰ ਇਹ ਜੇ ਦੇਖੀਏ ਦੂਜੇ ਪਾਸੇ ਅਸੀਂ ਦੇਖੀਏ ਜਿਹੜੇ ਨੀਲੀਆਂ ਪੱਗਾਂ ਵਾਲੇ ਨੇ, ਇਹ ਅੱਜ ਵੀ ਆਪਣੇ ਆਪ ਨੂੰ ਜਿਹੜੇ ਪੰਥ ਦਰਦੀ ਦੱਸਦੇ ਨੇ ਅਤੇ ਆਪਣੇ ਆਪ ਨੂੰ ਪੰਥ ਦੇ ਨਾਂ 'ਤੇ ਜਦੋਂ ਵੋਟਾਂ ਆਉਂਦੀਆਂ ਨੇ ਅਤੇ ਆਪਣਾ ਜਿਹੜਾ ਕਿ ਮਤਲਬ ਕੱਢ ਕੇ ਪਾਸੇ ਹੋ ਜਾਂਦੇ ਨੇ। ਅਤੇ ਹੁਣ ਜਿਹੜਾ ਦਰਬਾਰ ਸਾਹਿਬ ਦਾ ਅਸੀਂ ਕਰੀਏ ਗੱਲ ਕਿ ਸੁੰਦਰੀਕਰਨ ਕੀਤਾ ਗਿਆ, ਉਹ ਵੀ ਸ਼੍ਰੋਮਣੀ ਕਮੇਟੀ ਦੇ ਵੱਲੋਂ ਕੀਤਾ ਗਿਆ ਅਤੇ ਉਹਦੇ ਵਿੱਚ ਬਹੁਤ ਕੁਝ ਜਿਹੜੇ ਕਿ ਬਦਲਾਓ ਕੀਤਾ ਗਿਆ, ਕੋਈ ਗਲੀਆਂ ਬੰਦ ਕਰ ਦਿੱਤੀਆਂ ਗਈਆਂ। ਕੀ ਕੋਈ ਇਸ ਤਰ੍ਹਾਂ ਦਾ ਤਾਂ ਨਹੀਂ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਦਰਬਾਰ ਸਾਹਿਬ ਨੂੰ ਫਿਰ ਢਹਿ ਢੇਰੀ ਕਰਨ ਦੀ ਕੋਸ਼ਿਸ਼ ਕੀਤੀ ਜਾਵੇ, ਦਰਬਾਰ ਸਾਹਿਬ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਅਤੇ ਉਹਦੇ ਲਈ ਸਾਰਾ ਕੁਝ ਇਹ ਪ੍ਰੀ ਪਲੈਨ ਹੋ ਰਿਹਾ ਹੋਵੇ? ਹਾਂ, ਜੇ ਕੋਈ ਉਸ ਤਰ੍ਹਾਂ ਦਾ ਐਲੀਮੈਂਟ ਫਿਰ ਦੁਬਾਰਾ ਆ ਜਾਂਦਾ ਹੈ, ਕਿਉਂਕਿ ਉਸ ਤਰ੍ਹਾਂ ਦਾ ਕਾਰਾ ਤਾਂ ਇਹਨਾਂ ਨੇ ਕਰਾਉਣਾ ਸੀ, ਸਰਸੇ ਵਾਲਾ ਕੰਮ ਆ ਜਿਹੜਾ, ਇਹ ਉਹੀ ਨਿਰੰਕਾਰੀ ਕਾਂਡ ਦੀ ਇੱਕ ਕਿਸਮ ਦੀ ਰੈਪੂਟੇਸ਼ਨ ਸੀ, ਜਿਹੜਾ ਉਹਨੇ ਚੋਲਾ ਪਾ ਕੇ ਅਤੇ ਉੱਥੇ ਸਵਾਂਗ ਰਚਿਆ, ਉਹ ਇਸ ਪਾਸੇ ਇੱਕ ਸਟੈਪ ਸੀ। ਜੇ ਉਹ ਉੱਥੇ ਉਹ ਕੁਛ ਹੋ ਜਾਂਦਾ ਤਾਂ ਫਿਰ ਦਰਬਾਰ ਸਾਹਿਬ 'ਚ ਫਿਰ ਕੋਈ ਨਾ ਕੋਈ ਉਹੋ ਜਿਹਾ ਲੀਡਰ ਬੈਠ ਜਾਣਾ ਸੀ, ਉਹ ਲੀਡਰ ਜੇ ਬੈਠ ਜਾਂਦਾ ਤਾਂ ਫਿਰ ਉਹ ਕੁਛ ਹੋਣਾ ਸੀ, ਕਿਉਂਕਿ ਇੱਕ ਪਾਸੇ ਸੈਂਟਰ ਸਰਕਾਰ ਹੈ, ਇੱਕ ਪਾਸੇ ਅਕਾਲੀ ਲੀਡਰ ਨੇ, ਇੱਕ ਪਾਸੇ ਸਿੱਖ ਨੇ, ਮਤਲਬ ਇਹ ਤਿੰਨ ਤੁਸੀਂ ਸਮਝ ਲਓ ਵੀ ਤਿੰਨ ਸ਼ਾਖਾ ਨੇ, ਅਤੇ ਉਹਨਾਂ ਦੇ ਪਿੱਛੇ ਜਿਹੜਾ ਇਹਨਾਂ ਦੇ ਖੜ੍ਹੇ ਨੇ ਉਹ ਪੰਜਾਬ ਦਾ ਹਿੰਦੂ ਹੈ ਜਿਹੜਾ, ਉਹ ਇਹਨਾਂ ਦੇ ਨਾਲ ਖੜ੍ਹਾ ਹੈ ਅਕਾਲੀਆਂ ਦੇ, ਕਿਉਂਕਿ ਬੀਜੇਪੀ ਨਾਲ ਤਾਂ ਇਹ ਕਹਿੰਦੇ ਨੇ ਸਾਡਾ 9 ਮਾਸ ਦਾ ਰਿਸ਼ਤਾ ਹੈ, ਅਤੇ ਉਹ ਜਿਹੜਾ ਪੰਜਾਬੀ ਹਿੰਦੂ ਹੈ ਉਹਦੇ ਵਿੱਚ ਲਾਲਾ ਜਗਤ ਨਾਰਾਇਣ ਵੀ ਸ਼ਾਮਿਲ ਹੈ, ਉਹਦੇ 'ਚ ਉਹਦੇ ਮੁੰਡੇ ਵੀ ਸ਼ਾਮਿਲ ਨੇ, ਉਹਦੇ 'ਚ ਬਾਕੀ ਸਾਰੇ ਵੀ ਸ਼ਾਮਿਲ ਨੇ ਹਿੰਦੂ ਲੀਡਰ ਨੇ ਜਿਹੜੇ, ਉਹਨਾਂ ਦਾ ਇਹਨਾਂ ਦੇ ਨਾਲ 9 ਮਾਸ ਦਾ ਰਿਸ਼ਤਾ, ਇਹਦਾ ਮਤਲਬ ਇਹ ਨੇ ਉਹ ਇਕੱਠੇ ਨੇ, ਸਿੱਖੀ ਦੇ ਮਾਮਲੇ 'ਚ ਸਿੱਖੀ ਨੂੰ ਉਹ ਢਾਹ ਲਾਉਣਾ ਚਾਹੁੰਦੇ ਨੇ, ਇਹ ਵੀ ਸਿੱਖੀ ਨੂੰ ਢਾਹ ਲਾਉਣਾ ਚਾਹੁੰਦੇ ਨੇ, ਇਹਨਾਂ ਦਾ ਮਤਲਬ ਇੰਨਾ ਕਿ ਉਹ ਸਾਨੂੰ ਕੁਰਸੀ ਮਿਲਣੀ ਚਾਹੀਦੀ ਹੈ, ਸਾਡਾ ਸਿੱਖ ਡਾਕਟਰੀਨ ਦੇ ਨਾਲ ਜਾਂ ਸਿੱਖ ਅਸੂਲਾਂ ਦੇ ਨਾਲ ਜਾਂ ਸਿੱਖੀ ਦੀ ਪ੍ਰਫੁੱਲਤਾ ਦੇ ਨਾਲ ਜਾਂ ਸਿੱਖ ਰਾਜ ਦੇ ਨਾਲ ਜਾਂ ਅਨੰਦਪੁਰ ਸਾਹਿਬ ਦੇ ਮਤੇ ਦੇ ਨਾਲ, ਇਹਨਾਂ ਚੀਜ਼ਾਂ ਦੇ ਨਾਲ ਸਾਡਾ ਕੋਈ ਵਾਸਤਾ ਨਹੀਂ, ਸਾਨੂੰ ਤਾਂ ਆਪਦਾ ਅਸੀਂ ਉੱਲੂ ਆਪਦਾ ਸਿੱਧਾ ਕਰਨਾ, ਜਿੰਨੇ ਮਰਜ਼ੀ ਸਿੱਖ ਮਰ ਜਾਣ, ਜਿੰਨੇ ਮਰਜ਼ੀ ਸਿੱਖੀ ਦਾ ਨੁਕਸਾਨ ਹੋ ਜਾਵੇ, ਜਿੰਨਾ ਮਰਜ਼ੀ ਪੰਜਾਬ ਦਾ ਨੁਕਸਾਨ ਹੋ ਰਿਹਾ, ਇਹ ਇਹਨਾਂ ਚੀਜ਼ਾਂ ਦਾ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਉਸ ਟਾਈਮ ਜਦੋਂ ਸੰਤ ਜਰਨੈਲ ਸਿੰਘ ਖਾਲਸਾ ਜੀ ਦਰਬਾਰ ਸਾਹਿਬ ਦੇ ਵਿੱਚ ਸੀਗੇ ਅਤੇ ਕਿਸ ਤਰ੍ਹਾਂ ਦਾ ਮਾਹੌਲ ਉੱਥੇ ਸਿਰਜਿਆ ਹੋਇਆ ਸੀਗਾ, ਅਤੇ ਦੂਜੇ ਪਾਸੇ ਜਿਹੜੇ ਆ ਕਿ ਅਕਾਲੀ ਸੀ, ਇਹਨਾਂ ਦਾ ਕਿਸ ਤਰ੍ਹਾਂ ਦਾ ਰੋਲ ਉੱਥੇ ਉਸ ਟਾਈਮ ਅਦਾ ਹੋ ਰਿਹਾ ਸੀ? ਕਿਉਂਕਿ ਇਹ ਤਾਂ ਹੈ ਨਹੀਂ ਕਿ ਪਹਿਲੋਂ ਕਿਤੇ ਪਿੱਛੇ ਹਟ ਗਏ ਹੋਣਗੇ, ਉਸ ਟਾਈਮ ਵੀ ਤਾਂ ਕੋਈ ਨਾ ਕੋਈ ਗੱਲਬਾਤ ਚੱਲਦੀ ਹੋਊਗੀ, ਕਿਸ ਤਰ੍ਹਾਂ ਦਾ ਸਾਰਾ ਮਾਹੌਲ ਚੱਲ ਰਿਹਾ ਸੀ? ਉਹ ਤਾਂ ਮਾਹੌਲ ਇਹ ਚੱਲ ਰਿਹਾ ਸੀ ਕਿ ਸਰਕਾਰ ਦੇ ਨਾਲ ਗੱਲਬਾਤ ਕਰ ਰਹੇ ਸਨ, 4-5 ਲੀਡਰ ਸਨ ਜਿਹੜੇ, ਬਾਦਲ ਸੀ, ਲੌਂਗੋਵਾਲ ਸੀ, ਟੋੜਾ ਸੀ, ਬਰਨਾਲਾ ਸੀ, ਬਲਵੰਤ ਸਿੰਘ ਸੀ, ਇਹਨਾਂ ਦੀ ਮੀਟਿੰਗਾਂ ਸਰਕਾਰ ਨਾਲ ਚੱਲ ਰਹੀਆਂ ਸਨ, ਪਰ ਇਹ ਕਿਸੇ ਪਾਸੇ ਗੱਲ ਲਾਉਣਾ ਨਹੀਂ ਚਾਹੁੰਦੇ, ਕਿਉਂਕਿ ਇਹਨਾਂ ਨੂੰ ਇਹ ਸੀ ਵੀ ਜੇ ਸਮਝੌਤਾ ਹੋ ਗਿਆ ਅਤੇ ਸੰਤ ਜਰਨੈਲ ਸਿੰਘ ਉੱਥੋਂ ਆਪਦੇ ਬੰਦੇ ਲੈ ਕੇ ਚੌਕ ਮੈਚ 'ਤੇ ਆ ਗਿਆ, ਉਸ ਤੋਂ ਬਾਅਦ ਵੀ ਸਾਨੂੰ ਕਿਸੇ ਨੇ ਨਹੀਂ ਪੁੱਛਣਾ, ਕਿਉਂਕਿ ਉਹਦਾ ਕੱਦ ਏਡਾ ਵੱਡਾ ਹੋ ਗਿਆ ਸੀ, ਭਾਈ ਅਮਰੀਕ ਸਿੰਘ ਦਾ ਕੱਦ ਏਡਾ ਵੱਡਾ ਹੋ ਗਿਆ ਸੀ, ਇਸ ਵਕਤ ਇਹ ਚਾਹੁੰਦੇ ਸੀ ਵੀ ਕਿਸੇ ਨਾ ਕਿਸੇ ਢੰਗ ਨਾਲ ਇਹਨੂੰ ਵਧਾਈ ਜਾਵੇ, ਇਹਨੂੰ ਲੰਬਾ ਕੀਤਾ ਜਾਵੇ ਗੱਲਬਾਤ ਨੂੰ, ਅਤੇ ਦਰਬਾਰ ਸਾਹਿਬ ਦੇ ਅਟੈਕ ਕਰਾਇਆ ਜਾਵੇ, ਇਹ ਤਾਂ ਇੱਥੇ ਗਲਤ ਤੁਰੇ ਹੋਏ ਸੀ। ਇੱਕ ਜਿਹੜਾ ਹੋਰ ਦੋ ਬੰਦੇ ਤੁਰੇ ਹੋਏ ਸੀ ਉਹ ਸੀ ਕੈਪਟਨ ਅਮਰਿੰਦਰ ਸਿੰਘ ਅਤੇ ਰਵਿੰਦਰ ਸਿੰਘ, ਇਹ ਆਪਦੇ ਹਿਸਾਬ ਨਾਲ ਇਹਨਾਂ ਦੀ ਸਰਕਾਰ ਦੇ ਨਾਲ ਗੱਲਬਾਤ ਚੱਲਦੀ ਸੀ, ਇਹ ਸਮਝੌਤਾ ਕਰਾਉਣ ਵਾਸਤੇ ਤੁਰੇ ਹੋਏ ਸਨ ਜੇ ਕਿਸੇ ਤਰੀਕੇ ਨਾਲ ਸਮਝੌਤਾ ਹੋ ਜਾਵੇ। ਇੱਕ ਬੜੀ ਇੰਟਰਸਟਿੰਗ ਗੱਲ ਮੈਨੂੰ ਸਾਹਮਣੇ ਆਈ ਜਦੋਂ ਮੈਂ ਕਿ ਬਾਦਲ ਪਿੰਡ ਗਿਆ, ਇਹਨਾਂ ਦੇ ਇਲੈਕਸ਼ਨ ਦੇ ਵਿੱਚ ਬਾਦਲ ਦੇ ਵਿਰੋਧ ਦੇ ਵਿੱਚ ਇਹਦਾ ਚਾਚੇ ਦਾ ਲੜਕਾ ਖੜ੍ਹਾ ਸੀ ਉੱਥੇ, ਉਦੋਂ ਮੈਨੂੰ ਉਹਨੇ ਘਰੇਲੂ ਸਰੋਸਿਸ ਤੋਂ ਪਤਾ ਲੱਗਿਆ ਕਿ ਉਦੋਂ ਤੇਜਾ ਸਿੰਘ ਜੇ ਜਿਉਂਦਾ ਸੀ, ਇਹਨਾਂ ਦਾ ਜਿਹੜਾ ਤਾਇਆ ਸੀ ਜਿਹਨੇ ਬਾਦਲ ਨੂੰ ਬਣਾਇਆ ਸਰਦਾਰ ਤੇਜਾ, ਉਹ ਵੀ ਬੜਾ ਵਰਿਡ ਸੀ ਵੀ ਅਕਾਲ ਤਖ਼ਤ 'ਤੇ ਹਮਲਾ ਨਹੀਂ ਹੋਣਾ ਚਾਹੀਦਾ, ਗੁਰਸਿੱਖ ਸੀ ਪੱਕਾ, ਅਤੇ ਉਹਨਾਂ ਨੇ ਟੋੜਾ ਵੀ ਉੱਥੇ ਸੀ, ਅਤੇ ਫੈਸਲਾ ਇਹ ਹੋਇਆ ਵੀ ਸੰਤ ਜਰਨੈਲ ਸਿੰਘ ਉਹਨਾਂ ਨੂੰ ਕਹੋ ਵੀ ਤੁਸੀਂ ਆਪਦੇ ਜਿਹੜੇ ਸਾਰੇ ਬੰਦੇ ਨੇ ਹਥਿਆਰ ਨੇ ਜਿਹੜੇ ਉਹ ਲੈ ਕੇ ਤੁਸੀਂ ਚੌਕ ਮੈਚ 'ਤੇ ਚਲੇ ਜਾਓ, ਅਤੇ ਅਕਾਲੀਆਂ ਨੂੰ ਕਹਿੰਦੇ ਵੀ ਅਕਾਲੀਆਂ ਦਾ ਸਰਕਾਰ ਨਾਲ ਸਮਝੌਤਾ ਕਰਾ ਦਈਏ, ਪਹਿਲਾਂ ਅਕਾਲੀ ਸਮਝੌਤਾ ਕਰ ਲੈਣ, ਉਸ ਤੋਂ ਬਾਅਦ ਸੰਤ ਨੇ ਜਿਹੜੇ ਉਹ ਛੱਡ ਕੇ ਜਾਣਗੇ ਦਰਬਾਰ ਸਾਹਿਬ। ਸੰਤ ਇਸ ਗੱਲ 'ਤੇ ਮੰਨ ਗਏ ਸੀ, ਟੋੜਾ ਵੀ ਮੰਨ ਗਿਆ ਸੀ।
ਤੇਜਾ ਸਿੰਘ ਹੋਰੀ ਮੰਨ ਗਏ, ਹੋਰ ਵੀ ਅਕਾਲੀ ਲੀਡਰ ਸਨ ਉੱਥੇ, ਮੈਨੂੰ ਉਹਨਾਂ ਦਾ ਨਾਵਾਂ ਦਾ ਨਹੀਂ ਪਤਾ, ਸਾਰੇ ਮੰਨ ਗਏ ਸੀ। ਉੱਥੋਂ ਮੈਨੂੰ ਇਹ ਪਤਾ ਲੱਗਿਆ ਵੀ ਰਾਤੋਂ ਰਾਤ ਹੀ ਬਾਦਲ ਨੇ ਉਹਨਾਂ ਦੇ ਸਾਹਮਣੇ ਹਾਂ ਕਰਤੀ ਅਤੇ ਰਾਤੋਂ ਰਾਤ ਹੀ ਉਹਨੇ ਆਪਦੀ ਗੱਡੀ ਚੁੱਕੀ ਅਤੇ ਦਿੱਲੀ ਆ ਗਏ। ਦਿੱਲੀ ਆ ਕੇ ਉਹਨੇ ਸਾਰੀ ਜਿਹੜੀ ਵਿਉਂਤਬੰਦੀ ਕੀਤੀ ਆਰਮੀ ਦਾ ਅਟੈਕ ਕਰਨਾ। ਸਮਝੌਤਾ ਬਿਲਕੁਲ ਨਹੀਂ ਸੀ ਚਾਹੁੰਦੇ, ਇਹ ਚਾਹੁੰਦੇ ਸੀ ਵੀ ਅਟੈਕ ਹੋਵੇ ਤਾਂ ਅਟੈਕ ਦੇ ਵਿੱਚੋਂ ਮਾਰਿਆ ਜਾਵੇ, ਜਰਨੈਲ ਸਿੰਘ ਮਾਰਿਆ ਜਾਵੇ, ਜਨਰਲ ਸੁਰੇਸ਼ ਸਿੰਘ ਮਾਰਿਆ ਜਾਵੇ, ਭਾਈ ਅਮਰੀਕ ਸਿੰਘ ਮਾਰਿਆ ਜਾਵੇ, ਅਤੇ ਯੂਥ ਦਾ ਜਿਹੜਾ ਇਹਨਾਂ ਨੇ ਕਾਨ ਕਰਵਾਇਆ, ਫਿਰ ਬਾਅਦ ਦੇ ਵਿੱਚ 20 ਸਾਲ ਸਿੱਖਾਂ ਦਾ 84 ਤੋਂ ਲੈ ਕੇ 92 ਤੱਕ ਜਿਹੜਾ ਕੁਝ ਕਰਾਇਆ ਸਾਰਾ ਇਹਨਾਂ ਨੇ ਕਰਾਇਆ, ਇਹਨਾਂ ਦੀ ਮਿਹਰਬਾਨੀ। ਅਤੇ ਇਹਨਾਂ ਨੇ ਜਿਹੜਾ ਰਾਜ ਵੀ ਕੀਤਾ ਉਹ ਲਾਸ਼ਾਂ ਦੇ ਉੱਤੇ ਰਾਜ ਕੀਤਾ, ਨਾ ਇਹਨਾਂ ਨੇ ਕੋਈ ਧਰਮੀ ਫੌਜੀਆਂ ਦੀ ਕੋਈ ਗੱਲ ਸੁਣੀ, ਨਾ ਇਹਨਾਂ ਨੇ ਸ਼ਹੀਦ ਪਟਵਾਰਾਂ ਦੀ ਕੋਈ ਗੱਲ ਸੁਣੀ, ਨਾ ਇਹਨਾਂ ਦੇ ਕੋਈ ਰਿਕਾਰਡ ਹੈ ਵੀ ਕਿੰਨੇ ਬੰਦੇ ਸਾਡੇ ਸ਼ਹੀਦ ਹੋਏ ਨੇ, ਕਿੰਨੇ ਪ੍ਰੇਮ ਬਲੂ ਸਾਹਿਬ ਸ਼ਹੀਦ ਹੋਏ ਨੇ, ਕਿੰਨੇ ਬਾਅਦ ਸ਼ਹੀਦ ਹੋਏ, ਇਹਨਾਂ ਦਾ ਕੋਈ ਰਿਕਾਰਡ ਨਹੀਂ ਹੈ ਕਿ ਇਹ ਚਾਹੁੰਦੇ ਹੀ ਨਹੀਂ, ਇਹ ਚਾਹੁੰਦੇ ਨਹੀਂ ਵੀ ਇਸ ਵਿੱਚ ਮਤਲਬ ਫੱਟੀ ਪੋਚ ਦੀਏ, ਇਹਦੀ ਪੋਚਾ ਫੇਰ ਦੀਏ, ਬਿਲਕੁਲ ਯਾਦ ਹੀ ਨਾ ਰਹੇ ਕਿਸੇ ਨੂੰ ਕਿ ਇਹ ਸਾਰਾ ਕੁਝ ਹੋਇਆ ਸੀ। ਲੇਕਿਨ ਇਹ ਗੱਲਾਂ ਇਤਿਹਾਸ ਥੋੜ੍ਹਾ ਇਸ ਤਰ੍ਹਾਂ ਮਿੱਟਦੇ ਹੁੰਦੇ ਨੇ, ਇਹ ਮਿੱਟ ਜਾਣਗੇ, ਹਥਿਆਰ ਨੇ ਤਾਂ ਇਤਿਹਾਸ ਨੇ ਤਾਂ ਅੱਗੇ ਦੀ ਅੱਗੇ ਅੱਗੇ ਦੀ ਅੱਗੇ ਜਾਣਾ, ਇਹ ਇਹਨਾਂ ਦਾ ਇਹਨਾਂ ਦਾ ਕਾਰਨ ਹੈ। ਅੱਛਾ ਡਾਕਟਰ ਸਾਹਿਬ, ਫਿਰ ਉਦੋਂ ਸੰਤ ਜਰਨੈਲ ਸਿੰਘ ਖਾਲਸਾ ਦਾ ਕੀ ਆਪਣਾ ਜਿਹੜਾ ਕਿ ਰਵੱਈਆ ਰਹਿੰਦਾ ਸੀ ਜਦੋਂ ਅਕਾਲੀ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਸਨ? ਉਹਨਾਂ ਦਾ ਰਵੱਈਆ ਇਹ ਸੀ, ਪਹਿਲੀ ਗੱਲ ਤਾਂ ਉਹਨਾਂ ਦੀ ਜਿਹੜੀ ਫਿਰ ਫੇਸ ਟੂ ਫੇਸ ਜਿਹੜੀ ਗੱਲ ਹੋਈ, ਉਹ ਕਹਿੰਦੇ ਸੀ ਮੈਂ ਅਕਾਲ ਤਖ਼ਤ 'ਤੇ ਆਉਣਾ ਹੀ ਨਹੀਂ ਚਾਹੁੰਦਾ ਅਤੇ ਮੈਨੂੰ ਧੱਕੇ ਨਾਲ ਇੱਥੇ ਭੇਜਿਆ ਗਿਆ, ਅਤੇ ਉਹਦੇ 'ਚ ਡਾਇਰੈਕਟ ਜਿਹੜਾ ਮਤਲਬ ਇਨਵੋਲਵਮੈਂਟ ਸੀ ਉਹਦੇ 'ਚ, ਉਹਨਾਂ ਨੇ ਕਿਹਾ ਵੀ ਖਾੜਕੂ ਜਥੇਬੰਦੀ ਹੈ ਜਿਹੜੀ, ਉਹਨਾਂ ਦੀ ਇਨਵੋਲਵਮੈਂਟ ਸੀ ਸਾਡਾ, ਉਹਨਾਂ ਦੇ ਨਾਲ ਕਲੈਸ਼ ਕਰਵਾਉਣਾ ਚਾਹੁੰਦੀ ਸੀ ਸਰਕਾਰ ਵੀ ਅਤੇ ਅਕਾਲੀ ਵੀ, ਕਲੈਸ਼ ਕਰਵਾਉਣਾ ਚਾਹੁੰਦੇ ਸੀ, ਅਤੇ ਮੈਂ ਨਹੀਂ ਚਾਹੁੰਦਾ ਵੀ ਆਪਣਾ ਇੱਥੇ ਭਰਾ ਮਰ ਜੰਗ ਹੋਵੇ। ਇਸ ਵਾਸਤੇ ਮੈਨੂੰ ਉਹਨਾਂ ਨੇ ਧੱਕੇ ਮਾਰ ਕੇ ਇੱਕ ਕਿਸਮ ਦਾ ਅਕਾਲ ਤਖ਼ਤ 'ਤੇ ਭੇਜਿਆ ਉੱਥੋਂ ਕੱਢ ਕੇ, ਅਤੇ ਜਦੋਂ ਮੈਂ ਹੁਣ ਅਕਾਲ ਤਖ਼ਤ 'ਤੇ ਆ ਗਿਆ ਅਤੇ ਮੇਰੀ ਪੀਰੀ ਦੇ ਮਾਲਕ ਦਾ ਮਹਾਰਾਜ ਦਾ ਤਖ਼ਤ ਹੈ, ਇੱਥੇ ਜੇ ਫੌਜ ਚੜ੍ਹਦੀ ਹੈ ਤਾਂ ਫਿਰ ਮੈਂ ਬਾਬਾ ਦੀਪ ਸਿੰਘ ਦਾ ਮਤਲਬ ਵਾਰਸ ਦੀ ਇਹ ਟਕਸਾਲ ਹੈ, ਮੈਂ 14 ਮੁਖੀ ਆਉਂਦਾ, ਅਤੇ ਜੇ ਇੱਥੇ ਫੌਜ ਚੜ੍ਹ ਕੇ ਆਉਂਦੀ ਤਾਂ ਮੈਂ ਸ਼ਹੀਦ ਹੋਊਂਗਾ ਅਤੇ ਮੇਰੇ ਨਾਲ ਦੇ ਨੇ ਜਿਹੜੇ ਉਹ ਵੀ ਸ਼ਹੀਦ ਹੋਣਗੇ। ਹੁਣ ਅਕਾਲ ਤਖ਼ਤ 'ਤੇ ਆਉਣ ਤੋਂ ਬਾਅਦ ਮੇਰਾ ਕੋਈ ਇਹ ਇਰਾਦਾ ਨਹੀਂ ਮੈਂ ਸਰਕਾਰ ਨਾਲ ਗੱਲਬਾਤ ਕਰਾਂ ਜਾਂ ਸਰੈਂਡਰ ਕਰਾਂ, ਸਰਕਾਰ ਮੈਨੂੰ ਸਰੈਂਡਰ ਕਰਾਉਣਾ ਚਾਹੁੰਦੀ, ਮੈਂ ਸ਼ਹੀਦ ਹੋਵਾਂਗਾ, ਸਰੈਂਡਰ ਨਹੀਂ ਕਰਾਂ। ਅਤੇ ਉੱਥੇ ਜਿਹੜਾ ਕਿ ਉਸ ਟਾਈਮ ਕਿਹੜੇ ਕਿਹੜੇ ਸਿੰਘਾਂ ਨਾਲ ਤੁਹਾਡਾ ਜਿਹੜਾ ਕਿ ਮੁਲਾਕਾਤ ਹੋਈ ਹੈ, ਜਿਵੇਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਹੋ ਗਏ, ਸੁਬੇਗ ਸਿੰਘ ਜੀ ਹੋ ਗਏ ਜਾਂ ਹੋਰ ਜਿਹੜੇ ਉੱਥੇ ਸੀਗੇ, ਕਿਹਨਾਂ ਕਿਹਨਾਂ ਨਾਲ ਤੁਹਾਡੀ ਮੁਲਾਕਾਤ ਹੋਈ ਅਤੇ ਕੀ ਕੁਛ ਉੱਥੇ ਤੁਸੀਂ ਉਹਨਾਂ ਦਾ ਕਿਸ ਤਰ੍ਹਾਂ ਦਾ ਮਾਹੌਲ ਸੀਗਾ ਅਤੇ ਕਿਸ ਤਰ੍ਹਾਂ ਹੋਰ ਵਿਚਰਦੇ ਸੀ, ਥੋੜ੍ਹਾ ਜਿਹਾ ਜ਼ਰੂਰ ਦੱਸੋ। ਜਨਰਲ ਸੁਬੇਗ ਸਿੰਘ ਹੋਰੀ 9 ਨੰਬਰ ਕਮਰੇ 'ਚ ਹੁੰਦੇ ਸੀ ਅਕਾਲ ਰੈਸਟ ਹਾਊਸ 'ਚ, ਅਸੀਂ 6 ਨੰਬਰ ਕਮਰੇ 'ਚ ਹੁੰਦੇ ਸੀ। ਮੇਰੇ ਨਾਲ ਪ੍ਰੋਫੈਸਰ ਅਮਰਿੰਦਰ ਸਿੰਘ ਧਾਲੀਵਾਲ ਸੀ ਅਤੇ ਚਰਨਜੀਤ ਸਿੰਘ ਤਲਵੰਡੀ ਸੀ, ਅਤੇ ਜਨਰਲ ਸਾਹਿਬ ਦੇ ਨਾਲ ਕਦੇ ਕਦੇ ਉਹਨਾਂ ਦੀ ਵਾਈਫ ਆ ਜਾਂਦੀ ਸੀ, ਕਦੇ ਕਦੇ ਉਹਨਾਂ ਦੇ ਮਦਰ ਆ ਜਾਂਦੇ ਸੀ, ਅਤੇ ਅਸੀਂ ਬੈਠੇ ਇਕੱਠੇ ਹੀ ਮਤਲਬ ਗੱਲਾਂ ਕਰਦੇ ਰਹਿੰਦੇ ਸੀ, ਅਤੇ ਉਹ ਬਹੁਤ ਦੱਸਦੇ ਹੁੰਦੇ ਸੀ, ਆਪਦੇ ਬਾਰੇ ਵੀ ਦੱਸਦੇ ਹੁੰਦੇ ਸੀ ਅਤੇ ਲੜਾਈ ਬਾਰੇ ਵੀ ਦੱਸਦੇ ਹੁੰਦੇ ਸੀ ਕਿਸ ਤਰ੍ਹਾਂ। ਮੈਨੂੰ ਜਿਹੜੀ 1 ਜੂਨ ਨੂੰ ਜਿਹੜੀ ਫਾਇਰਿੰਗ ਹੋਈ ਹੈ CRP ਦੀ, ਉਹਦੇ 'ਚ ਮੈਂ ਅਤੇ ਜਰਨੈਲ ਸਾਹਿਬ ਤਾਂ ਅਸੀਂ ਦੋਵੇਂ ਇਕੱਠੇ ਤੁਰੇ ਫਿਰਦੇ ਰਹੇ ਹਾਂ। ਉਹਦੇ 'ਚ ਇੱਕ ਸਿੰਘ ਜਿਹੜਾ ਮਹਿੰਗਾ ਸਿੰਘ, ਉਹ ਸ਼ਹੀਦ ਵੀ ਹੋਇਆ ਬੱਬਰਾਂ ਦਾ, ਬਾਕੀ 11-12 ਸਿੰਘ ਨੇ ਜਿਹੜੇ ਉਹ ਫੱਟੜ ਹੋਏ ਨੇ, ਫੱਟੜਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਬੜੇ ਢੰਗ ਤਰੀਕੇ ਨਾਲ, ਉਦੋਂ ਕਰਫਿਊ ਲੱਗਿਆ ਹੋਇਆ ਸੀ। ਉਸ ਤੋਂ ਬਾਅਦ ਫਿਰ ਅਸੀਂ ਹਥਿਆਰ, ਸਾਨੂੰ ਸੰਤ ਹਥਿਆਰ ਦਿੰਦੇ ਨੇ 3 ਤਰੀਕ ਨੂੰ, ਅਤੇ ਅਸੀਂ ਉਹਨਾਂ ਨੂੰ ਕਿਹਾ ਜੇ ਫੌਜ ਐਂਟਰ ਹੁੰਦੀ ਤਾਂ ਅਸੀਂ ਕੀ ਕਰਾਂਗੇ, ਸਾਡੇ ਕੋਲ ਤਾਂ ਹਥਿਆਰ ਨਹੀਂ। ਫਿਰ ਉਹਨਾਂ ਨੇ ਸਾਨੂੰ ਉੱਥੋਂ ਅਕਾਲ ਤਖ਼ਤ ਤੋਂ ਗੁਰਮੁਖੀ ਨੂੰ ਕਿਹਾ ਵੀ ਇਹਨਾਂ ਨੂੰ ਹਥਿਆਰ ਦਿਓ, ਉਹ ਸਾਡੇ ਕੋਲ ਜਿਸ ਤਰ੍ਹਾਂ ਦਾ ਉਹਨਾਂ ਦਾ ਵਿਉਂਤਬੰਦੀ ਸੀ, ਕਾਰਤੂਸ ਵੀ ਅਤੇ ਹਥਿਆਰ ਵੀ ਅਤੇ ਗ੍ਰੇਡ ਵੀ, ਉਹ ਸਾਰਾ ਕੁਝ ਦੇ ਕੇ ਉਹਨਾਂ ਨੇ ਸਾਨੂੰ ਜਿਹੜੀਆਂ ਨਿਸ਼ਾਨ ਸਾਹਿਬ ਦੋ ਨੇ ਉਹਨਾਂ ਨੂੰ, ਮਗਰ ਜਿਹੜੀ ਡਿਊੜੀ ਹੈ ਉੱਥੇ ਕਮਰਾ ਹੁੰਦਾ ਸੀ ਖੱਬੇ ਪਾਸੇ, ਉਸ ਕਮਰੇ ਵਿੱਚ ਅਸੀਂ ਮੋਰਚਾ ਬਣਾ ਲਿਆ। 4 ਤਰੀਕ ਰਾਤ ਨੂੰ ਅਸੀਂ ਸਾਰੀ ਰਾਤ ਉੱਥੇ ਫੌਜ ਨੂੰ ਉਡੀਕਦੇ ਰਹੇ 3 ਜਣੇ, ਅਤੇ ਫੌਜ 4 ਤਰੀਕ ਨੂੰ ਨਹੀਂ ਆਈ, ਅਸੀਂ ਮਤਲਬ ਪਸੀਨੇ ਨਾਲ ਗੁਰਸਤ ਹੋ ਚੁੱਕੇ ਸੀ। ਉੱਥੇ ਕੁਛ ਖਾਣ ਪੀਣ ਨੂੰ ਵੀ ਨਹੀਂ ਸੀ, ਪਾਣੀ ਦੀ ਬਾਲਟੀ ਰੱਖੀ ਹੋਈ ਸੀ ਜਾਂ ਗੰਢੇ ਗੁੰਡੇ ਰੱਖੇ ਹੋਏ ਸੀ ਉੱਥੇ, ਜੇ ਗੈਸ ਗੂਸ ਵੀ ਮਾਰਨ ਦਾ, ਮਤਲਬ 4 ਦੀ ਰਾਤ ਸਾਡੀ ਉੱਥੇ ਲੰਘੀ। ਅਤੇ 5 ਨੂੰ ਬਲਕਿ 4 ਦਾ ਦਿਨ ਮੈਂ ਸਾਰਾ ਜਨਰਲ ਸੁਰੇਸ਼ ਸਿੰਘ ਦੇ ਨਾਲ ਹੀ ਰਿਹਾ, ਅਸੀਂ ਮੋਰਚਿਆਂ ਦੇ ਤੁਰੇ ਫਿਰਦੇ ਰਹੇ, ਇੱਧਰ ਦੁੱਖ ਭੰਨੀ ਬੇੜੀ ਕੋਲ ਵੀ ਆਏ, ਬਾਬਾ ਦੀਪ ਸਿੰਘ ਦਾ ਜਿੱਥੇ ਸਮਾਧ ਉੱਥੇ ਵੀ ਆਏ, ਉੱਥੇ ਵੀ ਡੈੱਡ ਬੋਡੀ ਪਈਆਂ ਸੀ ਦੋਵੇਂ ਪਾਸੇ, ਦੁੱਖ ਭੰਨੀ ਬੇੜੀ ਕੋਲ ਵੀ ਉੱਥੇ ਵੀ, ਉਸ ਤੋਂ ਬਾਅਦ ਅਸੀਂ ਵਾਪਸ ਆਏ। ਮਤਲਬ ਕਾਫੀ ਗੱਲਾਂ ਬਾਤਾਂ ਜਰਨੈਲ ਸਾਹਿਬ ਨੇ ਕੀਤੀਆਂ, ਅਤੇ ਉਹ ਬੜੇ ਖੁਸ਼ ਸਨ ਇਸ ਗੱਲ 'ਤੇ ਵੀ ਜੇ ਮੇਰੀ ਇੱਥੇ ਸ਼ਹੀਦੀ ਹੋ ਜਾਵੇ ਅਕਾਲ ਤਖ਼ਤ 'ਤੇ, ਇਸ ਤੋਂ ਵੱਡੀ ਹੋਰ ਕੋਈ ਗੱਲ ਨਹੀਂ, ਕਿਉਂਕਿ ਸਭ ਨਾਲ ਵੱਡੀ ਜਿਹੜੀ ਜਗ੍ਹਾ ਸ਼ਹਾਦਤ ਵਾਲੀ ਹੈ ਜਾਂ ਮਰਨ ਵਾਸਤੇ ਸਭ ਨਾਲ ਵਧੀਆ ਜਗ੍ਹਾ ਜਿਹੜੀ ਉਹ ਹੈ, ਤੁਹਾਡੇ ਧਰਮ ਦੀ ਸਭ ਨਾਲ ਵੱਡੀ ਜਗ੍ਹਾ ਹੋਵੇ, ਸਥਾਨ ਹੋਵੇ, ਅਤੇ ਜਿੱਥੇ ਤੁਹਾਡੇ ਵੱਡੇ ਵਡੇਰੇ ਆਉਂਦੇ ਜਾਂਦੇ ਰਹੇ ਨੇ ਉਹਨਾਂ ਨਾਲ ਸੰਬੰਧਿਤ ਹੋਵੇ, ਅਤੇ ਇਹ ਜਗ੍ਹਾ
ਦੋਵੇਂ ਇਹਦੇ 'ਚ ਖੂਬੀਆਂ ਖੂਬੀਆਂ ਨੇ। ਇਜ਼ਤ ਇੱਥੇ ਸ਼ਹੀਦ ਹੋਣਾ ਜਿਹੜਾ ਉਹ ਬਹੁਤ ਵੱਡੀ ਗੱਲ ਹੈ, ਅਤੇ ਮੈਂ ਤਾਂ ਇੱਥੇ ਸ਼ਹੀਦ ਹੋਵਾਂ। ਅਤੇ ਮੈਂ ਉਦੋਂ ਹੀ ਸਮਝ ਗਿਆ ਸੀ, ਮੈਂ ਕਿਹਾ ਵੀ ਇਹਨਾਂ 'ਤੇ ਸ਼ਹੀਦੀ ਦਾ ਮਤਲਬ ਬਣਾ ਲਿਆ, ਉਹਦਾ ਪੱਕਾ ਪ੍ਰੋਗਰਾਮ ਬਣਾ ਲਿਆ, ਪੱਕਾ ਡਿਸਾਈਡ ਕਰ ਲਿਆ ਇਹਨਾਂ ਨੇ। ਭਾਈ ਅਮਰੀਤ ਸਿੰਘ ਹੋਰਾਂ ਨੇ ਸ਼ਹੀਦ ਅਰਦਾਸ ਪਹਿਲਾਂ ਹੀ ਕਰਤੀ ਸੀ ਕਿ ਜੇ ਇੱਥੇ ਫੌਜ ਐਂਟਰ ਹੁੰਦੀ ਤਾਂ ਸ਼ਹੀਦ ਹੋਵਾਂਗੇ। ਸਾਨੂੰ ਜਰਨੈਲ ਸਿੰਘ ਦਾ ਘਰ ਸੀ ਇਸੇ ਉਹ ਇਸੇ ਮਿੱਟੀ ਦੇ ਬਣੇ ਹੋਏ, ਉਹਨਾਂ ਦਾ ਸ਼ਹੀਦੀ ਤੋਂ ਬਗੈਰ ਉਹ ਸੋਚਦੇ ਨਹੀਂ ਸੀ। ਅਤੇ ਜਿੰਨੇ ਸਿੰਘ ਵੀ ਅਕਾਲ ਤਖਤ 'ਤੇ ਸਨ, ਅਕਾਲ ਤਖਤ ਦੇ 4 ਚੁਫੇਰੇ 20 ਮੋਰਚੇ ਹੋਣਗੇ, ਜਿਹਨਾਂ 20 ਮੋਰਚਿਆਂ ਦੇ ਨੌ ਸਿੰਘ ਬੜੀ ਬਹਾਦਰੀ ਨਾਲ ਲੜੇ ਨੇ। ਅਤੇ 3 ਦਿਨ ਤੱਕ ਜੰਗ ਹੁੰਦਾ ਰਿਹਾ, 4 ਨੂੰ ਸਵੇਰੇ ਪਹਿਲਾਂ ਰੋਕਟ ਲਾਂਚਰ ਵੱਜਿਆ, 4 ਨੂੰ ਸਾਰਾ ਦਿਨ ਤੋਪਾਂ ਦੇ ਫੈਰ, 5 ਨੂੰ ਸਾਰਾ ਦਿਨ ਤੋਪਾਂ ਦੇ ਫੈਰ, 6 ਨੂੰ ਫਿਰ ਲੜਾਈ ਹੁੰਦੀ ਰਹੀ, 6 ਨੂੰ ਸ਼ਹੀਦ ਹੋ ਗਿਆ ਭਾਈ ਅਮਰੀਕ ਸਿੰਘ, ਸ਼ਹੀਦ ਹੋ ਗਿਆ ਜਨਰਲ ਸੁਖਦੇਵ ਸਿੰਘ, ਸ਼ਹੀਦ ਹੋ ਗਿਆ 5 ਦੀ ਰਾਤ 12:00-1 ਵਜੇ, ਅਤੇ ਜਰਨੈਲ ਸਿੰਘ 10:30 ਵਜੇ ਸ਼ਹੀਦ ਹੋ ਗਏ, ਇਹ 3 ਸ਼ਹੀਦ ਹੋ ਗਏ। ਅਤੇ ਜਿੱਦਾਂ ਸਾਡੀ ਇਹਨਾਂ ਡਿਊਟੀ ਲਾਈ ਸੀ ਭੀੜੇ ਦੀ ਗਲੀ ਸੀ, ਇੱਧਰ ਦੀ ਫੌਜ ਆ ਗਈ ਤਾਂ ਤੁਸੀਂ ਰੁਕਣਾ, ਉੱਧਰ ਦੀ ਫੌਜ ਨਹੀਂ ਆਈ ਬਿਲਕੁਲ, ਮੇਨ ਗੇਟਾਂ ਤੋਂ ਨਹੀਂ ਆਈ, ਘੰਟਾ ਘਰ ਗੇਟ, ਰੈਫਰੈਂਸ ਲਾਇਬ੍ਰੇਰੀ ਗੇਟ ਅਤੇ ਰਾਮਦਾਸ ਰਾਮਾ ਗੇਟ, ਇੱਧਰ ਦੀ ਫੌਜ ਆਈ ਇਸ ਪਾਸੇ, ਸਾਡੇ ਵਾਲੇ ਪਾਸੇ ਕੋਈ ਫੌਜ ਆਈ ਨਹੀਂ। ਅਤੇ ਅਸੀਂ ਕੋਸ਼ਿਸ਼ ਕੀਤੀ ਵੀ ਜੇ ਹੋ ਸਕੇ, ਸੰਤਾਂ ਨੇ ਵੀ ਕਹਿਤਾ ਵੀ ਜੇ ਕੋਈ ਨਿਕਲ ਜਾਏ ਤਾਂ ਬਾਅਦ ਦੇ ਵਿੱਚ ਕੰਮ ਜਿਹੜਾ ਚਲਾਉਣਾ ਉਸ ਵਾਸਤੇ, ਜੇ ਤੁਸੀਂ ਨਿਕਲ ਸਕਦੇ ਨਿਕਲ ਜਾਓ, ਪਰ ਸਾਨੂੰ ਨਿਕਲਣ ਵਾਸਤੇ ਨਾ ਕਿ ਉਸ ਦਾ ਸ਼ਹੀਦੀ ਦਾ ਪ੍ਰਣ ਕੀਤਾ, ਅਸੀਂ ਸ਼ਹੀਦ ਹੋਣਾ। ਫਿਰ ਉਹ ਮੈਂ ਅਤੇ ਚਰਨਜੀਤ ਅਤੇ ਪ੍ਰਿੰਸੀਪਲ ਧਾਲੀਵਾਲ, ਅਸੀਂ ਉਹ ਲੰਮੀ ਕਹਾਣੀ ਕਿਸ ਤਰ੍ਹਾਂ ਨਿਕਲੇ, ਨਿਕਲ ਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਗਏ, ਉਸ ਤੋਂ ਬਾਅਦ ਜਲੰਧਰ ਆਏ, ਉਸ ਤੋਂ ਬਾਅਦ ਲੁਧਿਆਣੇ ਆਏ, ਉਸ ਤੋਂ ਬਾਅਦ ਦਿੱਲੀ ਗਏ, ਦਿੱਲੀ ਤੋਂ ਕਲਕੱਤੇ ਗਏ, ਕਲਕੱਤੇ ਅਸੀਂ ਜੁਲਾਈ 'ਚ ਪਹੁੰਚ ਗਏ, ਅਸੀਂ ਉੱਥੇ ਜਾ ਕੇ ਅਸੀਂ ਰੀਓਰਗਨਾਈਜ਼ ਕੀਤੀ ਫਿਰ ਫੈਡਰੇਸ਼ਨ, ਮੈਂ ਅਤੇ ਚਰਨਜੀਤ ਮੁੰਡੇ ਨੇ ਪ੍ਰਿੰਸੀਪਲ ਧਾਲੀਵਾਲ ਤਾਂ ਅੰਮ੍ਰਿਤਸਰ ਹੀ ਰਹਿ ਗਏ, ਉਹ ਫਿਰ ਬਾਅਦ ਵਿੱਚ ਪੇਸ਼ ਪੁਸ਼ ਹੋ ਗਏ। ਅੱਛਾ, ਡਾਕਟਰ ਸਾਹਿਬ ਜਿਹੜੀ ਗੱਲ ਹੈ ਕਿ ਉਸ ਟਾਈਮ ਜਨਰਲ ਸੁਖਦੇਵ ਸਿੰਘ ਉੱਥੇ ਸੀਗੇ, ਅਤੇ ਕੀ ਜਿਹੜੀ ਕਿ ਭਾਰਤੀ ਫੌਜ ਸੀ ਉਹਦੇ ਮਨ 'ਤੇ ਕੋਈ ਡਰ ਸੀ, ਕੋਈ ਇੱਦਾਂ ਦਾ ਕੋਈ ਨਜ਼ਰ ਆ ਰਿਹਾ ਸੀ ਕਿ ਉਹਨਾਂ ਦੇ ਡਰ ਹੈ, ਜਾਂ ਜਿਹੜੇ ਅੰਦਰ ਸਿੰਘ ਸੀਗੇ ਜਾਂ ਉਹਨਾਂ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਸੀਗਾ ਉਸ ਟਾਈਮ, ਉਹ ਕਿਸ ਤਰ੍ਹਾਂ ਮੁਕਾਬਲਾ ਕਰਨ ਲਈ ਤਿਆਰ? ਸਿੰਘ ਤਾਂ ਬਿਲਕੁਲ ਹੀ ਮਤਲਬ ਤਿਆਰ ਪਰ ਤਿਆਰ ਸਨ, ਉਹ ਤਾਂ ਸ਼ਹੀਦੀ ਦਾ ਚਾਅ ਸੀ ਉਹਨਾਂ ਦੇ ਮਨਾਂ 'ਚ ਵੀ, ਇਹੋ ਜਿਹੀ ਥਾਂ 'ਤੇ ਜੇ ਸ਼ਹੀਦੀ ਸਾਨੂੰ ਮਿਲਦੀ ਹੈ ਤਾਂ ਹੋਰ ਸਾਨੂੰ ਕੀ ਚਾਹੀਦਾ। ਕੁਛ ਸਿੰਘ ਕਾਰ ਸੇਵਾ ਵਾਲੇ ਬਾਬੇ ਨੇ ਹਜ਼ੂਰ ਸਾਹਿਬ ਤੋਂ ਭੇਜੇ ਹੋਏ ਸੀ 30-35 ਸਿੰਘ, ਉਹ ਵੀ ਬੜੀ ਚੜ੍ਹਦੀ ਕਲਾ ਵਾਲੇ ਸਨ, ਉਹ ਸਾਰੇ ਸ਼ਹੀਦ ਹੋਏ, ਇਹਨਾਂ ਨੂੰ ਉੱਥੇ 3-4 ਬੱਚੇ ਨੇ। ਅਤੇ ਜਿਹੜੇ ਅਕਾਲ ਤਖ਼ਤ ਸਨ ਉੱਥੇ ਫੈਡਰੇਸ਼ਨ ਦੇ ਸਿੰਘ ਸਨ, ਕੁਛ ਟਕਸਾਲ ਦੇ ਸਿੰਘ ਸਨ, ਉਹਨਾਂ 'ਚੋਂ ਮੇਰੇ ਖਿਆਲ 5-10 ਸਿੰਘ ਨੇ ਜਿਹੜੇ ਉਹ ਬਚ ਕੇ ਨਿਕਲੇ ਨੇ, ਬਾਕੀ ਸਾਰੇ ਉੱਥੇ ਵੀ ਸ਼ਹੀਦ ਹੋਏ ਨੇ। ਇੱਧਰ ਜਿਹੜਾ ਰੈਫਰੈਂਸ ਲਾਇਬ੍ਰੇਰੀ ਪਾਸੇ ਜਿਹੜਾ ਮੋਰਚਾ ਸੀ, ਇੱਥੇ ਵੀ ਕਾਫੀ ਸਿੰਘ ਸ਼ਹੀਦ ਹੋਏ ਨੇ, ਅਤੇ ਫੌਜ ਦਾ ਨੁਕਸਾਨ ਬਹੁਤ ਹੋਇਆ, ਨਾ ਕੋਈ ਅਕਾਲ ਤਖ਼ਤ ਦੇ ਲਾਗੇ ਜਾ ਹੀ ਨਹੀਂ ਸਕਿਆ ਕੋਈ ਫੌਜੀ, ਬੜੀ ਮੁਸ਼ਕਿਲ ਨਾਲ ਬਾਅਦ ਦੇ ਵਿੱਚ ਜਦੋਂ ਇਹਨਾਂ ਨੇ ਬਹੁਤ ਜ਼ਿਆਦਾ ਨੁਕਸਾਨ ਕਰਾ ਲਿਆ। ਉਸ ਤੋਂ ਬਾਅਦ ਫਿਰ ਇਹਨਾਂ ਨੇ ਟੈਂਕ ਲਿਆਂਦੇ, 5 ਤਰੀਕ ਰਾਤ ਨੂੰ ਜਦੋਂ ਜਨਰਲ ਸੁਖਦੇਵ ਸਿੰਘ ਹੋਰਾਂ ਨੂੰ ਗੋਲੀ ਲੱਗ ਗਈ 12:30-1 ਵਜੇ, ਉਸ ਤੋਂ ਬਾਅਦ ਫਿਰ ਇਹਨਾਂ ਨੇ ਜਨਰਲ ਬਰਾੜ ਦੀ ਕਿਤਾਬ ਵੀ ਪਈ ਮੇਰੇ ਕੋਲ, ਅਤੇ ਜੋ ਇਹ ਲਿਖਦਾ ਵੀ ਜਦੋਂ ਸਾਡੀ ਹਾਥੀ ਖੜ੍ਹੇ ਹੋ ਗਏ ਸਾਡੇ ਵੀ, ਅਸੀਂ ਇਹਨਾਂ ਨਾਲ ਲੜ ਨਹੀਂ ਸਕਦੇ। ਫਿਰ ਮੈਂ ਜਨਰਲ ਸੁੰਦਰ ਜੀ ਨੂੰ ਕਿਹਾ ਵੀ ਤੁਸੀਂ ਦਿੱਲੀ ਤੋਂ ਪਰਮਿਸ਼ਨ ਲਓ ਕਿ ਜਿੰਨਾ ਚਿਰ ਅਸੀਂ ਟੈਂਕ ਨਹੀਂ ਅੰਦਰ ਭੇਜਦੇ ਉਹਨਾਂ ਚਿਰ ਵੀ ਕਾਮਯਾਬ ਨਹੀਂ ਹੋ ਸਕਦੇ। ਸੁੰਦਰ ਜੀ ਨੇ ਫਿਰ ਦਿੱਲੀ ਟੈਲੀਫੋਨ ਕੀਤਾ, ਦਿੱਲੀਓਂ ਫਿਰ ਇੰਦਰਾ ਗਾਂਧੀ ਤੋਂ ਉਹਨਾਂ ਪਰਮਿਸ਼ਨ ਲਈ ਟੈਂਕ ਬਣ ਗਈ, ਇਹ ਉਹਦੀ ਆਪਦੀ ਕਮਾਨੀ ਆਪਦੇ ਹੱਥ ਨਾਲ ਹੋਣ ਲਈ ਬਿਲਕੁਲ। ਅਤੇ ਇੰਨੀ ਕਹਿੰਦੇ ਫੀਅਰੈਸਟ ਲੜਾਈ ਹੈ ਜਿਹੜੀ, ਇੰਨੀ ਭਿਅੰਕਰ ਲੜਾਈ ਹੈ ਜਿਹੜੀ, ਉਹ ਦੁਨੀਆ ਦੀ ਕਿਸੇ ਜੰਗ ਦੇ ਵਿੱਚ ਅਸੀਂ ਨਹੀਂ ਅੱਜ ਤੱਕ ਦੇਖੀ, ਹਿੰਦੁਸਤਾਨ 'ਚ ਦੇਖਣੀ ਕੀ ਹੈ ਵੀ ਮੈਂ ਇੰਨੀਆਂ ਲੜਾਈਆਂ ਲੜੀਆਂ ਨੇ, ਮੈਨੂੰ ਇਹੋ ਜਿਹੀ ਕੋਈ ਇੰਨਾ ਜ਼ਬਰਦਸਤ ਟਾਕਰਾ ਜਿੰਨਾ ਸਿੱਖਾਂ ਨੇ ਕੀਤਾ, ਇੰਨਾ ਜ਼ਬਰਦਸਤ ਟਾਕਰਾ ਕਦੇ ਕਿਸੇ ਫੌਜ ਨੇ ਕੀਤਾ ਜਿਹਨੇ ਨਹੀਂ ਕੀਤਾ, ਅਤੇ ਉਹਦੀ ਅਡਵਾਂਟੇਜ ਹੈ। ਅਤੇ ਉਹ ਇਹ ਵੀ ਲਿਖਦਾ ਵੀ ਸੰਤ ਜਰਨੈਲ ਸਿੰਘ ਪਹਿਲਾਂ ਉਸ ਅਟੈਕ ਤੋਂ ਇੱਕ ਆਰਡਨਰੀ ਸੰਤ ਸੀ, ਲੇਕਿਨ ਉਹ ਓਵਰਨਾਈਟ ਹੀ ਮਤਲਬ ਜਦੋਂ ਅਸੀਂ ਅਟੈਕ ਕੀਤਾ ਓਵਰਨਾਈਟ ਹੀ ਉਹ ਸਿੱਖਾਂ ਦਾ ਹੀਰੋ ਬਣ ਗਿਆ ਅਤੇ ਬਹੁਤ ਵੱਡਾ ਲੀਡਰ ਉੱਭਰ ਕੇ ਸਾਹਮਣੇ ਆ ਗਿਆ। ਇੱਥੋਂ ਤੱਕ ਖੁਸ਼ਵੰਤ ਸਿੰਘ ਵਰਗਿਆਂ ਨੇ ਵੀ ਆਪਦੇ ਪਦਮ ਸ਼੍ਰੀ ਦੇ ਉਹ ਸਾਰਾ ਕੁਝ ਵਾਪਸ ਕਰਤਾ, ਸਾਰੀ ਸਿੱਖ ਕੌਮ ਜਿਹੜੀ ਉਹ ਭਿੰਦਰਾਂਵਾਲੇ ਦੇ ਮਗਰ ਖੜੀ ਹੋ ਗਈ ਸਾਰੀ ਸਿੱਖ ਦੀ, ਸਾਰੀ ਕੌਮ ਦੀ। ਅਤੇ ਇਹ ਜਿਹੜੇ ਅਕਾਲੀ ਸੀ ਇਹ ਬੜੇ ਹੈਰਾਨ ਸਨ ਵੀ ਇਹ ਕੀ ਬਣ ਗਏ, ਤਾਂ ਫਿਰ ਉਹ ਅਸੀਂ ਉਹਨੂੰ ਮਰਵਾਉਣਾ ਚਾਹੁੰਦੇ ਸੀ, ਉਹ ਮਰਨ ਤੋਂ ਬਾਅਦ ਤਾਂ ਉਹ 1.25 ਲੱਖ ਦਾ ਹੋ ਗਿਆ। ਫਿਰ ਇਹਨਾਂ ਨੇ ਸਰਕਾਰ ਦੇ ਨਾਲ ਰਲ ਕੇ ਤਿਆਰ ਸਾਰਾ ਕੁਝ ਜਿਹੜਾ ਕੀਤਾ, ਬਣਵਾਏ ਤੱਕ ਇਲੈਕਸ਼ਨ ਬਾਈਕਾਟ ਕਰਾ, ਸਿੱਖਾਂ ਦੇ ਮੁੰਡੇ ਮਰਵਾ, ਸਾਰਾ ਕੁਝ ਇਹਨਾਂ ਨੇ ਬੜੀ ਸੋਚੀ ਸਮਝੀ ਚਾਲ ਦਿੱਤੀ। ਯਾਨੀ ਕਹਿਣ ਦਾ ਮਤਲਬ ਇਹ ਹੈ ਕਿ ਇਸੇ ਲਈ ਅੱਜ ਦੀ ਜਿਹੜੀ ਨੌਜਵਾਨੀ ਹੈ ਜਾਂ ਪਰਿਵਾਰ ਨੇ, ਉਹ ਜਿਹੜੇ ਕਿ ਸੰਤ ਜਰਨੈਲ ਸਿੰਘ ਖਾਲਸਾ ਨੂੰ 20ਵੀਂ ਸਦੀ ਦੇ ਮਹਾਨ ਸੰਤ ਸਿਪਾਹੀ ਵਜੋਂ ਜਾਣਦੇ ਨੇ, ਅਤੇ ਇਹੀ ਕਾਰਨ ਹੈ ਕਿ ਜਿਹੜੇ ਕਿ ਅੱਜ ਹਰ ਕੋਈ ਉਹਨਾਂ ਨੂੰ ਅਪਣਾਉਣਾ, ਉਹਨਾਂ ਦੇ ਜਿਹੜੇ ਗੁਣ ਨੇ ਅਪਣਾਉਣਾ ਚਾਹੁੰਦਾ, ਹੀਰੋ ਹੈ ਸਾਡਾ ਹੀਰੋ। 20ਵੀਂ ਸਦੀ ਦਾ ਸਭ ਨਾਲੋਂ ਵੱਡਾ ਸਿੱਖ, ਸਭ ਨਾਲੋਂ ਵਧੀਆ ਸਿੱਖ,
ਤੇ ਇੱਕ ਐਪਕ ਹੁੰਦੀ ਹੈ, ਐਪਕ ਨੂੰ ਮਹਾਕਾਵ ਕਹਿੰਦੇ ਨੇ ਪੰਜਾਬੀ 'ਚ। ਮਤਲਬ ਮਹਾਕਾਵ ਉਹ ਹੁੰਦਾ ਜਿਹਦਾ ਹੀਰੋ ਜਿਹੜਾ ਹੁੰਦਾ, ਜਿਹੜਾ ਉਹਦੇ 'ਤੇ ਹੀ ਸਾਰੀ ਵਾਰ ਹੈ ਜਿਹੜੀ ਵੱਡੀ। ਜਿਸ ਤਰ੍ਹਾਂ ਮਹਾਂਭਾਰਤ 'ਤੇ, ਮਹਾਂਭਾਰਤ ਦੇ ਵਿੱਚ ਜਿਹੜੇ ਨਾਇਕ ਸਨ ਉਹ ਅਰਜਨ ਸਨ, ਅਤੇ ਜਿਹੜੇ ਰਮਾਇਣ ਦੇ ਮਹਾਂਭਾਰਤ ਸਨ ਉਹ ਰਾਮ ਸਨ ਉਹਦੇ ਨਾਇਕ। ਇਸ ਤਰ੍ਹਾਂ ਜਿਹੜੀ ਸਾਡੀ ਇਹ ਮਤਲਬ ਮਹਾਂਕਾਵ ਹੈ ਅਪਰੇਸ਼ਨ ਬਲੂ ਸਟਾਰ ਦਾ, ਇਹਦਾ ਜਿਹੜਾ ਮਹਾਂਨਾਇਕ ਹੈ ਉਹ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਾ, ਉਹ ਬਣ ਗਿਆ ਮਹਾਂਨਾਇਕ ਅਤੇ ਉਹਨੇ ਮਹਾਂਨਾਇਕ ਹੀ ਰਹਿਣਾ ਹੈ ਇਤਿਹਾਸ ਦੇ ਵਿੱਚ। ਠੀਕ, ਜਿਸ ਤਰ੍ਹਾਂ ਉਹ ਮਹਾਂਨਾਇਕ ਨੇ ਉਸ ਨੇ ਇਹ ਮਹਾਂਨਾਇਕ। ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।